ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਿਹਚੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਨਿਜੈ ਤਿਰ ਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਣ ਕਰਮ ਨਾਮ ਭਰਨਤ ਸੁਮਤ ਤਵੈ ਸਰਬਨਾਮ ਕਥੈ ਕਵਣ ਕਰਮ ਨਾਮ ਬਰਨਤ ਸੁਮਤ। ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਹਰ ਰਸ ਚੋਗ ਚੁਗੈ ਪ੍ਰਭ ਭਾਵੈ
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਗਰੀਬ ਨਵਾਜ, ਦੀਨ ਦੁਨੀਆ ਦੇ ਵਾਲੇ, ਪਰਮ ਕਿਰਪਾਲੂ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ, ਇਕੱਤਰ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਸੁਭਾਏ ਮਾਣ ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਦਿਆਲਤਾ ਦਾ ਸਦਕਾ ਆਪ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਪਾਵਨ ਰਸਨਾ ਦੁਆਰਾ ਸ੍ਰੀ ਆਸਾ ਜੀ ਦੀ ਵਾਰ ਦੇ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਹੁਣ ਜੋ ਅਸਥਾਨ ਦੀ ਮਰਿਆਦਾ ਹੈ ਕਿ ਕੀਰਤਨ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਉਪਰੰਤ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸਾਹਿਬ ਜੀ ਆਪ ਦਿਆਲਤਾ ਕਰਕੇ ਹੁਕਮਨਾਮੇ ਦੀ ਬਖਸ਼ਿਸ਼ ਕਰਦੇ ਹਨ, ਉਸ ਹੁਕਮ ਦੀ ਵਿਚਾਰ ਇਸ ਪਾਵਨ ਪਵਿੱਤਰ ਅਸਥਾਨ 'ਤੇ ਹਰ ਰੋਜ਼ ਸਤਿਗੁਰੂ ਸਾਹਿਬ ਜੀ ਦੀ ਦਿਆਲਤਾ ਦਾ ਸਦਕਾ ਹੁੰਦੀ ਹੈ। ਉਸ ਦਾ ਸਮਾਂ ਹੋਇਆ ਹੈ। ਮੇਰੇ ਗਰੀਬ ਨਿਵਾਜ ਸਤਿਗੁਰੂ ਦੀਨ ਦੁਨੀਆ ਦੇ ਵਾਲੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਮਨੁੱਖਤਾ ਦੇ ਭਲੇ ਵਾਸਤੇ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾ ਰਹੇ ਹਨ। ਇੱਥੇ ਸਿੱਧ ਆਣ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਮਿਲੇ, ਮਿਲ ਕਰਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਜੀਓ, ਅਸੀਂ ਜੋ ਖੀਰ ਸਰੋਵਰ ਹੈ, ਜਿਹਨੂੰ ਖੀਰ ਸਾਗਰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਮਾਨ ਸਰੋਵਰ ਹੈ, ਅਸੀਂ ਉਸ ਸਰੋਵਰ 'ਤੇ ਜਾ ਰਹੇ ਹਾਂ, ਉਸ ਸਾਗਰ ਦੇ ਦਰਸ਼ਨਾਂ ਲਈ ਜਾ ਰਹੇ ਹਾਂ, ਜਿਸ ਸਮੁੰਦਰ ਨੂੰ ਰਿਗੜਨੇ 'ਤੇ 14 ਰਤਨ ਪ੍ਰਾਪਤ ਹੋਏ ਸਨ। ਆਓ ਤੁਹਾਨੂੰ ਵੀ ਨਾਲ ਲੈ ਚੱਲੀਏ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਇਹ ਆਏ ਹੋਏ ਸਿੱਧਾਂ ਦੇ ਤਾਈਂ ਇਹਨਾਂ ਦੇ ਐਸੇ ਬਚਨ ਸੁਣ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਇਹ ਜੋ ਅੱਜ ਦੇ ਦਿਹਾੜੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਾਨੂੰ ਸਤਿਗੁਰੂ ਸਾਹਿਬ ਜੀ ਦੀ ਦਿਆਲਤਾ ਦਾ ਸਦਕਾ ਬਖਸ਼ਿਸ਼ ਹੋਇਆ ਹੈ, ਇਹਦੇ ਦੁਆਰਾ ਸਮਝਾ ਰਹੇ ਹਨ ਸਿੱਧੋ, ਜੋ ਇਹ ਬਾਣੀ ਦਾ ਸਮੁੰਦਰ ਰਚ ਰਹੇ ਹਾਂ ਇਹ ਖੀਰ ਸਾਗਰ ਤੋਂ ਪਰੇ ਹੈ।
ਖੀਰ ਸਾਗਰ ਦੇ ਵਿੱਚੋਂ ਅਤੇ 14 ਰਤਨ ਮਿਲੇ ਹਨ। ਇਹ ਤਾਂ ਪਰਿਪੂਰਨ ਹੈ, ਇੱਥੇ ਰਤਨਾਂ ਦੀ ਤੋਟ ਨਹੀਂ, ਗਿਣਤੀ ਅਤੇ ਮਿਣਤੀ ਤੋਂ ਪਰੇ ਹਨ। ਉਹ ਜੋ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਦਿਆਲਤਾ ਕਰ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰੇ। ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਘਰ ਦੂਜੇ ਸੁਰਤਾਲ ਦੇ ਵਿੱਚ ਇਹ ਅਸ਼ਟਪਦੀਆਂ ਵਾਲਾ ਸ਼ਬਦ ਜਿਹਦੀਆਂ 8 ਪੌੜੀਆਂ ਸਤਿਗੁਰੂ ਸਾਹਿਬ ਜੀ ਉਚਾਰਨ ਕਰਨਗੇ। ਇੱਥੋਂ ਧਨਾਸਰੀ ਰਾਗ ਦੀਆਂ ਅਸ਼ਟਪਦੀਆਂ ਦੀ ਵੀ ਆਰੰਭਤਾ ਕਰ ਰਹੇ ਹਨ। ਸੋ ਅਸ਼ਟਪਦੀਆਂ ਦੀ ਆਰੰਭਤਾ 'ਤੇ ਮੰਗਲ ਕਰਦੇ ਹਨ। ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਸਤਿਗੁਰਾਂ ਦੀ ਪ੍ਰਸ਼ਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਿੱਧਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਕਿ ਆਓ ਤੁਹਾਨੂੰ ਖੀਰ ਸਰੋਵਰ 'ਤੇ ਲੈ ਚੱਲੀਏ ਜਿੱਥੋਂ 14 ਰਤਨ ਨਿਕਲੇ ਹਨ। ਉਹਨਾਂ ਰਤਨਾਂ ਦੀ ਗਿਣਤੀ ਵਿਦਵਾਨਾਂ ਨੇ ਕੀਤੀ ਹੈ ਕਿ ਸ੍ਰੀ ਮਨ ਰੰਭਾ ਬਾਰਨੀ ਧਣਕ ਤਨੰਤਰ ਬਾਜ ਬਿਖ ਤੇਣ ਸਸ ਕਲਪ ਤਾਰ ਸੰਖ ਅਮੀ ਗਜਰਾਜ ਸ੍ਰੀ ਲਛਮੀ। ਫਿਰ ਇਸੇ ਤਰੀਕੇ ਦੇ ਨਾਲ ਮਣ ਕਸਤੌਕ ਮਣੀ ਰੰਭਾ ਅਪਸ਼ਰਾਂ ਬਾਰਨੀ ਸ਼ਰਾਬ ਧਨੁੱਖ ਪੈਦਾ ਹੋਇਆ ਹੈ ਇਹਨਾਂ 14 ਰਤਨਾਂ 'ਚ। ਜਦੋਂ ਮਧਿਆਂਚਲ ਪਰਬਤ ਨੂੰ ਰੇੜਕਾ ਬਣਾ ਕਰਕੇ ਸ਼ੇਸ਼ ਨਾਗ ਦੁਆਰਾ ਇਹ ਮਿਥਿਹਾਸਕ ਗ੍ਰੰਥਾਂ ਮੁਤਾਬਕ ਇਹ ਕਥਾ ਆਉਂਦੀ ਹੈ ਕਿ ਇਹਨੂੰ ਰਿੜਕਣਾ ਕੀਤਾ ਖੀਰ ਸਾਗਰ ਨੂੰ ਅਤੇ ਉਹਦੇ 'ਚੋਂ ਇਹ 14 ਰਤਨ ਮਿਲੇ ਨੇ। ਸ੍ਰੀ ਮਨ ਰੰਭਾ ਬਾਰਨੀ ਧਣਖ ਧਨੰਤਰ ਬਾਜ ਸ੍ਰੀ ਲਛਮੀ ਮਣ ਕਸਤੌਕ ਮਣੀ ਰੰਭਾ ਅਪਸ਼ਰਾਂ ਬਾਰਨੀ ਸ਼ਰਾਬ। ਫਿਰ ਇਸੇ ਤਰੀਕੇ ਦੇ ਨਾਲ ਧਨੁੱਖ ਪੈਦਾ ਹੋਇਆ ਧਨੰਤਰ ਵੈਦ ਜੀ ਆਏ ਬਾਜ ਘੋੜਾ ਅਤੇ ਅੱਗੇ ਬਖਸ਼ਿਸ਼ ਕਰਦੇ ਹਨ ਵਿਦਵਾਨ ਜਨ ਕਿ ਬਿਖ ਧੇਨ ਸਸ ਕਲਪ ਤਰ ਬਿਖ ਜ਼ਹਿਰ ਅਤੇ ਧੇਨ ਕਾਮ ਧੇਨ ਗਊ ਸਸ ਚੰਦਰਮਾ ਅਤੇ ਕਲਪ ਤਰ ਕਲਪ ਰੁੱਖ ਅਤੇ ਸੰਖ ਅਮੀ ਗਜਰਾਜ ਸੰਖ ਪੈਦਾ ਹੋਇਆ ਅਮੀ ਅੰਮ੍ਰਿਤ ਅਤੇ ਗਾਜਰਾਜ ਹਾਥੀ ਇਹ 14 ਰਤਨਾਂ ਦੇ ਵਿੱਚੋਂ ਪ੍ਰਾਪਤ ਹੋਏ ਹਨ। ਹੁਣ ਮਨ ਇਹ ਵਿਚਾਰ ਕਰ ਸਕਦਾ ਹੈ ਕਿ ਠੀਕ ਹੈ ਜੀ, ਜਦੋਂ ਖੀਰ ਸਾਗਰ ਨੂੰ ਰਿੜਕਿਆ ਗਿਆ ਅਤੇ ਉਹਦੇ ਵਿੱਚੋਂ ਇਹ 14 ਰਤਨ ਨਿਕਲੇ, ਜੇ ਆਪਾਂ ਗੁਰਬਾਣੀ ਰੂਪੀ ਇਹ ਜੋ ਸਾਗਰ ਜੋ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਗੁਰਸਾਗਰ
ਰਤਨੀ ਭਰਪੂਰੇ। ਗੁਰੂ ਸਾਹਿਬ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਜੋਕੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਆਖੇ ਸਿੱਖੋ ਤੁਹਾਡੇ ਗੁਰੂ ਦੇ ਪਾਸ ਕਿਹੜੇ ਰਤਨ ਹਨ ਅਤੇ ਆਪਾਂ ਕਹਿੰਦੇ ਪਰਿਪੂਰਨ ਹਨ ਪਰਮਾਤਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗਿਣਤੀ ਅਤੇ ਮਿਣਤੀ ਤੋਂ ਪਰੇ। ਅਤੇ ਜੇ ਸਵਾਲ ਕਰਤਾ ਇਹ ਸਵਾਲ ਕਰ ਦੇਵੇ ਕਿ 14 ਰਤਨ ਪ੍ਰਾਪਤ ਹੋਏ ਨੇ ਸਾਗਰ 'ਚੋਂ ਅਤੇ ਤੁਹਾਡੇ ਗੁਰੂ 'ਚ ਜਿਹੜਾ ਤੁਹਾਡੇ ਗੁਰੂ ਦੀ ਸੰਗਤ ਕਰੇ ਉਹਨੂੰ ਕਿਹੜੇ ਰਤਨ ਪਦਾਰਥ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਹਨ ਅਤੇ ਉਹਦਾ ਮਹਾਂਪੁਰਖਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜਾ ਸੁੰਦਰ ਸਮਝਾਇਆ ਹੈ। ਅਧਿਆਤਮਿਕ ਮਹਾਂਪੁਰਖ ਇਹ ਸਮਝਾਉਂਦੇ ਹਨ ਸ੍ਰੀਮਨ ਰੰਭਾ ਬਾਰਨੀ ਤਣਖ ਤਣੰਤਰ ਬਾਜ ਸ੍ਰੀ ਹੈ ਲਛਮੀ ਜਿਹੜੀ ਵਿਸ਼ਨੂੰ ਜੀ ਨੇ ਧਾਰਨ ਕੀਤੀ ਸੀ। ਇੱਥੇ ਲਛਮੀ ਹੈ ਭਗਤੀ। ਜਦੋਂ ਗੁਰੂ ਰੂਪ ਸਾਗਰ ਦੇ ਪਾਸ ਆਏ ਗਰੀਬ ਨਵਾਜ ਨੇ ਕਿਰਪਾ ਕੀਤੀ ਭਗਤੀ ਦੀ ਦਾਤ ਇਹ ਭਗਤੀ ਰੂਪੀ ਰਤਨ ਪ੍ਰਾਪਤ ਹੋ ਗਿਆ ਸਭ ਤੋਂ ਪਹਿਲਾਂ। ਫਿਰ ਜੀ ਇਸੇ ਤਰੀਕੇ ਦੇ ਨਾਲ ਉੱਥੇ ਹੈ ਮਨ ਕਸਤੌਕ ਮਣੀ। ਇੱਥੇ ਮਨ ਹੈ ਪ੍ਰੀਤ ਜਿਹਨੂੰ ਆਪਾਂ ਪੜ੍ਹਦੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਜਿਹੜੀ ਸੱਚੀ ਪ੍ਰੀਤ ਲੱਗ ਗਈ ਹੈ। ਕੈਸੀ ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ ਮੂੰਹ ਲਾਲਣ ਸਿਉਂ ਪ੍ਰੀਤ ਬਣੀ ਹੈ ਮੂੰਹ ਲਾਲਣ ਸਿਉਂ ਪ੍ਰੀਤ ਬਣੀ ਐਸੀ ਜਿਹੜੀ ਕਦੀ ਵੀ ਨਾਸ ਨਾ ਹੋਣ ਵਾਲੀ ਕਸਤੌਕ ਮਣੀ ਪ੍ਰੀਤ ਸੱਚੀ ਪ੍ਰੀਤ ਪ੍ਰਾਪਤ ਹੋਈ। ਫਿਰ ਅੱਗੇ ਹੈ ਰੰਭਾ। ਰੰਭਾ ਹੈ ਉਹ ਪੱਛਰਾਂ ਉੱਥੇ ਇੱਥੇ ਰੰਭਾ ਹੈ ਸ਼ਰਧਾ। ਇੱਥੇ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਜਦੋਂ ਇਹ ਸਾਧ ਸੰਗਤ ਰੂਪੀ ਪਟੜੇ 'ਤੇ ਪਹੁੰਚੇ ਨਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਹਿਰਦੇ 'ਚ ਸ਼ਰਧਾ ਭਰ ਦਿੱਤੀ ਹੈ। ਇਹ ਸ਼ਰਧਾ ਰੂਪੀ ਰਤਨ ਇੱਥੋਂ ਪ੍ਰਾਪਤ ਹੋਇਆ। ਜੇ ਸ਼ਰਧਾ ਨਹੀਂ ਫਿਰ ਭਾਈ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਇਹ ਤਾਂ ਹੋ ਸਕਦਾ ਹੈ ਕਿ ਜਿਹੜਾ ਨਿਸ਼ਰਧਕ ਹੈ ਉਹਨੂੰ ਸੰਗਤ ਵਿੱਚ ਆਣ ਕਰਕੇ ਸ਼ਰਧਾ ਅਤੇ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ, ਪਰ ਤਰਕਵਾਦੀ ਕਦੇ ਵੀ ਸ਼ਰਧਾ ਦੇ ਨੇੜਿਓਂ ਦੀ ਨਹੀਂ ਲੰਘ ਸਕਦਾ। ਪਰ ਗਰੀਬ ਨਵਾਜ ਕਿਰਪਾ ਕਰਦੇ ਨੇ ਇਹ ਜੋ ਖੀਰ ਸਾਗਰ ਦੀ ਨਿਆਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਇਹਨਾਂ ਦੇ ਪਾਸ ਆਉਣੇ ਅਤੇ ਸ਼ਰਧਾ ਰੂਪੀ ਰਤਨ ਵੀ ਪ੍ਰਾਪਤ ਹੋਇਆ। ਫਿਰ ਅੱਗੇ ਹੈ ਬਾਰਨੀ। ਬਾਰਨੀ ਨਾਮ ਹੈ ਸ਼ਰਾਬ ਦਾ। ਉੱਥੇ ਸ਼ਰਾਬ ਪੀ ਕਰਕੇ ਮਸਤ ਹੋ ਰਹੇ ਨੇ ਦੈਂਤ। ਇੱਥੇ ਸ਼ਰਾਬ ਹੈ ਪ੍ਰੇਮ। ਇੱਥੇ ਗੁਰਮੁਖਾਂ ਨੇ ਪ੍ਰੇਮ ਰੂਪੀ ਸ਼ਰਾਬ ਪੀ ਕਰਕੇ ਆਪਣਾ ਜੀਵਨ ਸਵਾਰ ਲਿਆ। ਇਹ ਪ੍ਰੇਮ ਰੂਪੀ ਸ਼ਰਾਬ ਇਹ ਰਤਨ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਇਆ। ਉੱਥੋਂ ਧਨੁੱਖ ਮਿਲਿਆ ਹੈ ਜਿਹਨੂੰ ਤੋੜਿਆ ਜਾ ਸਕਦਾ ਹੈ। ਇੱਥੇ ਧਨੁੱਖ ਧਨੁਸ਼ ਸੰਪੂਰਨ ਕੀ ਹੈ ਜਿਹੜਾ ਗਰੀਬ ਨਵਾਜ ਮਹਾਰਾਜ ਜੀ ਨੇ ਉਦਮ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਇਹ ਉਦਮੀ ਹੈ। ਮਨ ਭਾਵੇਂ ਜਿੰਨੇ ਮਰਜ਼ੀ ਉਸਲ ਵੱਟੇ ਭੰਨੀ ਜਾਂਦਾ ਹੈ ਪਰ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹਨੂੰ ਆਪਾਂ ਗੁਰਬਾਣੀ ਪੜ੍ਹਦੇ ਹਾਂ ਬਰਫ਼ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਏ। ਇਹ ਗੁਰੂ ਸਾਹਿਬ ਜੀ ਨੇ ਧਨੁੱਖ ਰੂਪੀ ਉਦਮ ਇਹ ਰਤਨ ਆਪ ਬਖਸ਼ਿਸ਼ ਕੀਤਾ। ਧਨੰਤਰ ਵੈਦ। ਇੱਥੇ ਸਤਿਗੁਰੂ ਸਾਹਿਬ ਜੀ ਆਪ ਪੂਰੇ ਵੈਦ ਹਨ। ਸਤਿਗੁਰ ਪੂਰਾ
ਵੈਦ ਹੈ। ਗਰੀਬ ਨਿਵਾਜ ਮਹਾਰਾਜ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਐਸੇ ਪੂਰੇ ਵੈਦ ਧਨੰਤਰ ਵੈਦ ਤੋਂ ਵੀ ਮਹਾਨ ਕੀ ਮਹਿਮਾ ਸਤਿਗੁਰੂ ਸਾਹਿਬ ਜੀ ਦੀ ਕਰ ਸਕਦੇ ਹਾਂ। ਐਸੇ ਸੰਪੂਰਨ ਵੈਦ ਸਤਿਗੁਰੂ ਸਾਹਿਬ ਜੀ ਸਾਨੂੰ ਪ੍ਰਾਪਤ ਹੋਏ। ਫਿਰ ਇਸੇ ਤਰੀਕੇ ਦੇ ਨਾਲ ਉੱਥੇ ਬਾਜ ਘੋੜਾ ਪ੍ਰਾਪਤ ਹੋਇਆ ਹੈ। ਸੱਤਵੇਂ ਥਾਂ 'ਤੇ ਜਾ ਕਰਕੇ ਇੱਥੇ ਜਿਹੜਾ ਸ਼ਾਸਤਰ ਗਿਆਨ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਇਆ ਹੈ, ਜਿਹੜਾ ਸ਼ਾਸਤਰ ਦਾ ਭੇਦ ਇਹ ਸ਼ਾਸਤਰ ਗਿਆਨ ਰੂਪੀ ਘੋੜਾ ਦੇਣਾ ਕੀਤਾ। ਫਿਰ ਅੱਗੇ ਕਹਿੰਦੇ ਨੇ ਬਿਖ ਧੇਣ, ਬਿਖ ਨਾਮ ਹੈ ਜ਼ਹਿਰ ਦਾ। ਇੱਥੇ ਜ਼ਹਿਰ ਕੀ ਹੈ? ਸੰਗਤ ਰੂਪੀ ਦਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮਝਾਇਆ, ਗੁਰੂ ਕਹਿ ਸਿੱਖਾ ਨਿੰਦਾ ਜ਼ਹਿਰ ਦੀ ਨਿਆਈ ਹੈ। ਨਿੰਦਾ ਭਲੀ ਕਿਸੈ ਦੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਗਰੀਬ ਨਿਵਾਜ ਕਹਿੰਦੇ ਸੱਜਣਾ ਨਿੰਦਿਆ ਦਾ ਤਿਆਗ ਕਰ, ਨਿੰਦਿਆ ਜ਼ਹਿਰ ਦੀ ਨਿਆਈ ਹੈ। ਨਿੰਦਿਆ ਕਿਸੇ ਦੀ ਵੀ ਭਲੀ ਨਹੀਂ। ਇਹ ਨਹੀਂ ਇਹ ਕਵੇਂ ਕਿ ਮੈਂ ਸੱਚ ਬੋਲਦਾ ਹਾਂ। ਗਰੀਬ ਨਿਵਾਜ ਕਹਿੰਦੇ ਕਿਸੇ ਨੂੰ ਮਾੜਾ ਕਹਿੰਦਿਆਂ ਜਿਹੜਾ ਸੱਚ ਬੋਲਦਾ, ਤੇਰੇ ਅੰਦਰ ਤੇ ਹੰਕਾਰ ਪੈਦਾ ਹੋ ਹੀ ਗਿਆ ਨਾ ਕਿ ਆਹ ਦੋਸ਼ ਫਲਾਣੇ ਵਿੱਚ ਹੈ, ਇਹ ਮੇਰੇ 'ਚ ਨਹੀਂ। ਇਸ ਕਰਕੇ ਇਹ ਨਿੰਦਿਆ ਜ਼ਹਿਰ ਦੀ ਨਿਆਈ। ਉਹ ਵੀ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ, ਇਹਦਾ ਤਿਆਗ ਕਰਨ ਲਈ ਦੱਸਿਆ ਅਤੇ ਨਾਲ ਕਿਹਾ ਜੇ ਇਹਨੂੰ ਪੀ ਲਿਆ ਨਾ, ਵੇਖ ਦੁਨੀਆਂ ਦੇ ਲੋਕ, ਦੁਨੀਆਂ ਦੇ ਧਾਰਮਿਕ ਗ੍ਰੰਥ ਇਹ ਕਹਿੰਦੇ ਨੇ ਕਿ ਜਿਹੜਾ ਵਿਸ਼ ਵਿਓ ਸੀ ਨਾ ਜ਼ਹਿਰ, ਉਹ ਸ਼ਿਵ ਜੀ ਨੂੰ ਪ੍ਰਾਪਤ ਹੋਇਆ ਅਤੇ ਉਹਦਾ ਸਰੀਰ ਨੀਲਾ ਹੋ ਗਿਆ। ਜਿਹੜਾ ਨਿੰਦਿਆ ਰੂਪੀ ਜ਼ਹਿਰ ਹੀ ਇਹਨੂੰ ਪੀਣੇ 'ਤੇ, ਇਹਨੂੰ ਗ੍ਰਹਿਣ ਕਰਨੇ 'ਤੇ ਕੀ ਹੋਵੇਗਾ? ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਧੇਣ ਨਾਮ ਹੈ ਕਾਮ ਧੇਣ ਗਊ ਦਾ। ਉੱਥੇ ਕਾਮ ਧੇਣ ਗਊ ਪ੍ਰਾਪਤ ਹੋਈ ਦੇਵਤਿਆਂ ਨੂੰ, ਜਿਹਦੇ ਪਾਸ ਕੋਈ ਵੀ ਇੱਛਾ ਕਰਨੇ 'ਤੇ ਇੱਛਾ ਸੰਪੂਰਨ ਹੋ ਜਾਂਦੀ ਹੈ। ਇੱਥੇ ਆ ਜੋ ਸਾਧ ਸੰਗਤ ਹੈ ਨਾ, ਇਹ ਗਰੀਬ ਨਿਵਾਜ ਮਹਾਰਾਜ ਜੀ ਨੇ ਕਾਮ ਧੇਣ ਗਊ ਆਪ ਸਿਰਜਣਾ ਕੀਤੀ ਹੈ। ਜੋ ਵੀ ਸੰਗਤ ਵਿੱਚ ਆਸ ਮੁਰਾਦ ਲੈ ਕਰਕੇ ਆਇਆ, ਕੋਈ ਵੀ ਉਹ ਭਾਵੇਂ ਪ੍ਰੇਮਾ ਕੋੜੀ ਹੈ, ਉਹ ਭਾਵੇਂ ਬਾਬਾ ਆਦਮ ਜੀ ਹਨ, ਉਹ ਭਾਵੇਂ ਬਾਬਾ ਬਿਧੀ ਚੰਦ ਜੀ ਹਨ, ਜੋ ਵੀ ਸੰਗਤ ਕੋਲ ਆਸ ਲੈ ਕਰਕੇ ਆਇਆ, ਉਹਦੀ ਆਸ ਪੂਰੀ ਹੋ ਗਈ, ਕਦੀ ਅਧੂਰੀ ਨਹੀਂ ਹੁੰਦੀ। ਜਿਵੇਂ ਕਾਮ ਧੇਣ ਗਊ ਦੇ ਪਾਸ ਬਹਿਣੇ 'ਤੇ ਹਿੰਦੂ ਮਿਥਿਹਾਸਕ ਗ੍ਰੰਥ ਇਹ ਮੰਨਦੇ ਨੇ ਕਿ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਗਰੀਬ ਨਿਵਾਜ ਮਹਾਰਾਜ ਜੀ ਨੇ ਸੰਗਤ ਰੂਪੀ ਕਾਮ ਧੇਣ ਗਊ ਬਖਸ਼ ਦਿੱਤੀ। ਗੁਰੂ ਕਹਿ ਸਿੱਖਾ ਇੱਥੇ ਆਵੀਂ, ਤੇਰੀਆਂ ਸਾਰੀਆਂ ਹੀ ਇਛਾਵਾਂ ਪੂਰੀਆਂ ਹੋ ਜਾਣਗੀਆਂ, ਕੋਈ ਅਧੂਰੀ ਰਹੇਗੀ ਨਹੀਂ। ਵੇਖ ਇਹ ਸਤਸੰਗਤ ਐਸੀ ਹੈ, ਇਸ ਸਤਸੰਗਤ ਨੇ ਕਿਰਪਾ ਕੀਤੀ, ਇਹ ਸਤਸੰਗਤ ਕਿਰਪਾਲਤਾ ਦੇ ਘਰ ਵਿੱਚ ਆਈ, ਇਹਦੀ ਕਿਰਪਾ ਸਦਕਾ, ਇਹਦੀ ਅਰਦਾਸ ਸਦਕਾ ਭਾਈ ਲਾਲ ਸਿੰਘ ਦੀ ਢਾਲ ਪੂਰੀ ਉਤਰੀ, ਉਹਨੇ ਤੇ ਪੂਰੀ ਉਤਰਦੀ ਨਾ। ਇਹ ਸੰਗਤ ਦੀ ਕਿਰਪਾ ਹੈ ਕਿ ਬੁੱਧੂ ਦਾ ਆਵਾ ਪੱਕਿਆਂ ਦੇ ਭਾਅ ਵਿਕਦਾ ਹੀ, ਇਹ ਸੰਗਤ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ ਹੈ, ਇਹ ਸੰਗਤ ਮੁਕਤੀ ਦੀ ਦਾਤ ਦੇਣ ਵਾਲੀ ਹੈ, ਇਹ ਸੰਗਤ ਪਦਾਰਥਾਂ ਦੀ ਦਾਤ ਦੇਣ ਵਾਲੀ। ਐਸੀ ਕਾਮ ਧੇਣ ਗਊ ਗਰੀਬ ਨਿਵਾਜ ਮਹਾਰਾਜ ਜੀ ਨੇ
ਸੰਗਤ ਰੂਪ ਵਿੱਚ ਸਾਨੂੰ ਕਿਰਪਾ ਕਰਕੇ ਬਖਸ਼ ਦਿੱਤੀ। ਫਿਰ ਅੱਗੇ ਹੈ ਸੱਸ, ਨਾਮ ਹੈ ਚੰਦਰਮਾ ਦਾ। ਚੰਦਰਮਾ ਰੂਪੀ ਵੈਰਾਗ ਜਿਹੜਾ ਹਿਰਦੇ ਵਿੱਚ ਪੈਦਾ ਕੀਤਾ ਹੈ, ਇਹ ਗਰੀਬ ਨਵਾਜ ਜੀ ਦੇ ਪਾਸੋਂ ਰਤਨ ਪਦਾਰਥ ਪ੍ਰਾਪਤ ਹੋਇਆ। ਫਿਰ ਇਸੇ ਤਰੀਕੇ ਦੇ ਨਾਲ ਕੀ ਹੈ ਜੀ, ਬਿਖ, ਧੇਣ, ਸੱਸ ਅਤੇ ਵੈਰਾਗ, ਅਤੇ ਫਿਰ ਇਸੇ ਤਰੀਕੇ ਦੇ ਨਾਲ ਗਰੀਬ ਨਵਾਜ ਮਹਾਰਾਜ ਜੀ ਨੇ ਕਿਰਪਾ ਕੀਤੀ ਕਲਪਤਲ। ਕਲਪ ਬ੍ਰਿਸ਼ ਕਹਿੰਦੇ, ਜਿਹੜੀ ਵੀ ਕਲਪਨਾ ਉਸ ਬ੍ਰਿਸ਼ ਦੇ ਥੱਲੇ ਬੈਠ ਕਰਕੇ ਕਰੇ ਉਹ ਪ੍ਰਾਪਤ ਹੋ ਜਾਂਦੀ ਹੈ। ਇੱਥੇ ਗਰੀਬ ਨਵਾਜ ਮਹਾਰਾਜ ਜੀ ਨੇ ਨੇਮਾ ਅਭਿਆਸ ਬਖਸ਼ਣਾ ਕੀਤਾ, ਨੇਮੀ ਹੋ ਕਰਕੇ ਅਭਿਆਸ ਕਰ, ਤੇਰੀ ਜਿਹੜੀ ਵੀ ਇੱਛਾ ਹੋਵੇਗੀ। ਜਿਹੜਾ ਅਭਿਆਸ ਆਪਾਂ ਵੇਖਦੇ ਹਾਂ, ਕੋਈ ਗੁਰਮੁਖ ਪਿਆਰੇ ਰੋਜ਼ ਦੀ ਰੋਜ਼ਮਰਾ ਜ਼ਿੰਦਗੀ 'ਚ ਸੱਤ ਬਾਣੀਆਂ ਦਾ ਨਿਤਨੇਮ, ਕੋਈ ਸੁੰਦਰ ਗੁੜਕੇ ਦਾ ਨਿਤਨੇਮ, ਕੋਈ ਇਸ ਨਿਤਨੇਮ ਤੋਂ ਇਲਾਵਾ ਮੂਲ ਮੰਤਰ ਦਾ ਅਭਿਆਸ ਰੋਜ਼ ਨੇਮ ਦੁਆਰਾ ਕਰ ਰਹੇ। ਦੋ ਤਰੀਕੇ ਨਾਲ ਇਹਨੂੰ ਇਹਦੀਆਂ ਵੰਡੀਆਂ ਗੁਰਮੁਖ ਪਿਆਰਿਆਂ ਨੇ ਦੱਸੀਆਂ, ਇੱਕ ਨੇਮੀ ਅਭਿਆਸੀ ਹਨ, ਇੱਕ ਯੋਗਾ ਅਭਿਆਸੀ ਹਨ, ਇੱਕ ਪ੍ਰੇਮਾ ਅਭਿਆਸੀ ਹਨ। ਇੱਕ ਉਹ ਨੇ ਜਿਹੜੇ ਰੋਜ਼ ਦੇ ਨੇਮ ਦੁਆਰਾ ਸਤਿਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਕਹਿ ਰਹੇ ਹਨ, ਇੱਕ ਉਹ ਨੇ ਜਿਹੜੇ ਯੋਗ ਨਾਮ ਹੈ ਜੁੜਨ ਦਾ, ਜਿਸ ਜੁਗਤੀ ਦੁਆਰਾ ਜਿਸ ਢੰਗ ਦੁਆਰਾ ਸਤਿਗੁਰੂ ਸਾਹਿਬ ਜੀ ਨਾਲ ਜੁੜਿਆ ਜਾਵੇ ਉਹ ਅਭਿਆਸ ਕਰਦੇ। ਇੱਕ ਉਹ ਨੇ ਜਿਹੜੇ ਪ੍ਰੇਮਾ ਅਭਿਆਸੀ ਹਨ, ਪ੍ਰੇਮਾ ਭਾਵਣੀ ਸਹਿਤ ਪ੍ਰੇਮ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ, ਉਹ ਪ੍ਰੇਮ ਦੁਆਰਾ ਅਭਿਆਸ ਕਰਦੇ ਨੇ। ਉਹ ਅਭਿਆਸ ਦੁਆਰਾ ਹੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਉਹ ਗੁਰਮੁਖ ਪਿਆਰੇ ਬਣ ਜਾਂਦੇ। ਐਸਾ ਇਹ ਗਰੀਬ ਨਵਾਜ ਮਹਾਰਾਜ ਜੀ ਨੇ ਪਹਿਲਾਂ ਅਭਿਆਸ ਬਖਸ਼ਿਆ ਹੈ। ਕਲਪਤਰ ਬ੍ਰਿਸ਼ ਦੀ ਨਿਆਈ ਗੁਰਸਿੱਖਾ, ਵੇਖ ਅਭਿਆਸ ਕਰ, ਤੈਨੂੰ ਸਾਰੇ ਹੀ ਸੁੱਖਾਂ ਦੀ, ਜਿਹੜੀ ਜਿਹੜੀ ਵੀ ਤੇਰੀ ਕਲਪਨਾ ਹੋਵੇਗੀ, ਜਿਹੜੀ ਜਿਹੜੀ ਵੀ ਤੇਰੀ ਇੱਛਾ ਹੋਵੇਗੀ, ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ। ਜਿਵੇਂ ਆਮ ਆਪਾਂ ਨੂੰ ਸੰਗਤ ਵਿੱਚ ਗੁਰਮੁਖ ਪਿਆਰੇ ਪ੍ਰੇਮੀ ਮਿਲਦੇ ਹਨ, ਜਿਹੜੇ ਇਹ ਕਹਿੰਦੇ ਜੀ ਮੇਰੇ ਮਨ ਦੀ ਬੜੇ ਚਿਰ ਦੀ ਇੱਛਾ ਸੀ ਕਿ ਗਰੀਬ ਨਵਾਜ ਮੇਰੇ ਗ੍ਰਹਿ ਵਿਖੇ ਆ ਕਾਰਜ ਕਰ ਦੇਣ। ਫਿਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੈਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਜਾਪ ਆਰੰਭ ਕੀਤਾ ਅਤੇ ਸਾਰੇ ਹੀ ਕਾਰਜ ਸੰਪੂਰਨ ਹੋ ਗਏ। ਕੋਈ ਕਹਿੰਦਾ ਜੀ ਮੈਂ ਜਪਜੀ ਸਾਹਿਬ ਪੜ੍ਹਦਾ ਸਾਂ, ਕੋਈ ਕਹਿੰਦਾ ਜੀ ਮੈਂ ਮੂਲ ਮੰਤਰ ਕਰਦਾ ਸਾਂ। ਇਹ ਅਭਿਆਸ ਕਰਨੇ ਤੇ ਪਦਾਰਥ ਵੀ ਪ੍ਰਾਪਤ ਹੁੰਦੇ ਨੇ ਤੇ ਮੁਕਤੀ ਵੀ ਮਿਲਦੀ। ਐਸਾ ਅਭਿਆਸ ਜਿਹੜਾ ਹੈ ਉਹ ਵੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਫਿਰ ਇਸੇ ਹੀ ਤਰੀਕੇ ਦੇ ਨਾਲ ਭਾਈ ਅੱਗੇ ਸੰਖ ਕੀ ਹੈ, ਉੱਥੇ ਉਹ ਸੰਖ ਪੂਰ ਰਹੇ ਹਨ, ਉੱਥੇ ਸੰਖ ਰਤਨ ਹੈ, ਇੱਥੇ ਜਿਹੜਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਇਹੋ ਹੀ ਪ੍ਰਤੱਖ ਸੰਖ ਸਤਿਗੁਰੂ ਸਾਹਿਬ ਜੀ ਨੇ ਰਤਨਾਂ ਵਿੱਚੋਂ ਰਤਨ, ਜਿਹਨੂੰ ਆਪਾਂ ਕਹਿੰਦੇ ਕੀਰਤਨ, ਕੀ ਹਨ ਭਾਈ ਰਤਨ ਇਸ ਗਰੀਬ ਨਵਾਜ ਮਹਾਰਾਜ ਜੀ ਦੀ ਕੀਰਤੀ ਦੇ ਅੱਗੇ। ਐਸਾ ਕੀਰਤਨ, ਕੀਰਤਨ ਨਿਰਮੋਲਕ ਹੀ ਆ, ਐਸਾ ਇਹ ਸੰਖ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਪ੍ਰਾਪਤ ਕਰਵਾਇਆ ਹੈ। ਫਿਰ ਅੱਗੇ ਗਰੀਬ ਨਵਾਜ ਅਮੀ, ਉੱਥੇ ਅਮੀ ਅੰਮ੍ਰਿਤ, ਇੱਥੇ ਨਾਮ ਰੂਪੀ ਅੰਮ੍ਰਿਤ। ਆ ਜੋ ਬਾਣੀ ਦਾ ਕੁੰਭ ਸਾਜਿਆ, ਜਿਹਨੂੰ ਆਪਾਂ ਪੜ੍ਹਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾ। ਜਿਹਨੂੰ ਆਪਾਂ ਪੜ੍ਹਦੇ ਹਾਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ
ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇਹ ਨਾਮ ਰੂਪੀ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਉੱਥੇ ਗਜਰਾਜ ਹਾਥੀ ਪ੍ਰਾਪਤ ਹੋਇਆ ਹੈ ਰਤਨਾਂ ਵਿੱਚੋਂ। ਇੱਥੇ ਜਿਹੜਾ ਯੋਗਾ ਅਭਿਆਸ ਹੈ, ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜਨ ਦਾ ਤਰੀਕਾ ਪਤਾ ਲੱਗਾ, ਸਤਸੰਗਤ ਦੇ ਦੁਆਰੇ ਬੈਠ ਕਰਕੇ ਨਾਮ ਜਪੇਗਾ, ਉਹਦਾ ਘਣਾ ਫਲ ਹੈ, ਬਹੁਤਾ ਗੂੜਾ ਫਲ ਹੈ, ਉਹ ਪ੍ਰਾਪਤ ਕਰਨੇ 'ਤੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਐਸਾ ਯੋਗਾ ਅਭਿਆਸ ਰੂਪੀ ਮਹਾਨ ਗਜਰਾਜ ਹਾਥੀ ਜਿਹੜਾ ਹੈ, ਇਹ ਗਰੀਬ ਨਵਾਜ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਅਥਵਾ ਜਿਨ੍ਹਾਂ ਨੇ ਐਸਾ ਨਾਮ ਜਪਿਆ ਹੈ, ਉਹ ਗਜਰਾਜ ਹਾਥੀ ਦੀ ਤਰ੍ਹਾਂ ਬੇਪਰਵਾਹ ਹੋ ਗਏ। ਬੇਪਰਵਾਹੀ ਹੈ, ਜਿਵੇਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਬੜਾ ਸੁੰਦਰ ਪ੍ਰਮਾਣ ਗੁਰਮੁਖਾਂ ਦੀ ਅਵਸਥਾ ਦਾ ਦਿੰਦੇ ਨੇ, ਜਿਨ੍ਹਾਂ ਨੂੰ ਭਾਈ ਇਹ ਰਤਨ ਪ੍ਰਾਪਤ ਹੋਏ ਹਨ। ਭਾਈ ਵੇਖੋ, ਜਦੋਂ ਹਾਥੀ ਚੱਲਦਾ ਹੈ ਤੇ ਉਹਨੂੰ ਵੇਖ ਕਰਕੇ ਅਨੇਕਾਂ ਕੁੱਤੇ ਭੌਂਕਦੇ ਨੇ, ਪਰ ਹਾਥੀ ਕਿਸੇ ਨੂੰ ਅੱਗੋਂ ਮਾਰਦਾ ਨਹੀਂ, ਦੁਲਾਰਦਾ ਨਹੀਂ, ਆਪਣੀ ਮਸਤ ਚਾਲੇ ਤੁਰਿਆ ਜਾਂਦਾ। ਐਵੇਂ ਜਦੋਂ ਮਹਾਤਮਾ ਮਹਾਂਪੁਰਖ ਕਿਸੇ ਕਾਰਜ ਵਾਸਤੇ ਤੁਰਦੇ ਨੇ, ਅਨੇਕਾਂ ਨਿੰਦਕ ਰੂਪੀ ਕੁੱਤੇ ਭੌਂਕੀ ਜਾਂਦੇ ਨੇ ਨਾ, ਉਹਨਾਂ ਦੇ ਜੀਵਨ ਤੇ ਦੂਸ਼ਣ ਲਾਉਣ ਦਾ ਯਤਨ ਕਰਦੇ ਨੇ, ਉਹਨਾਂ ਬਾਬਤ ਅਣਹੋਈਆਂ, ਜਿਵੇਂ ਮਹਾਂਪੁਰਖਾਂ ਬਾਬਤ ਹੀ ਕਈ ਬੇਵਕੂਫ ਤੇ ਬੇਸਮਝ ਇਹ ਕਹੀ ਜਾਂਦੇ ਨੇ ਕਿ ਅਨੇਕਾਂ ਸਿੱਖਾਂ ਦੇ ਪੁੱਤ ਮਰਵਾ ਦਿੱਤੇ। ਭਾਈ ਐਸੀ ਕੁੱਤਾ ਭੌਂਕੀ ਅਨੇਕਾਂ ਹੀ ਭੌਂਕੀ ਜਾਂਦੇ ਨੇ, ਪਰ ਧੰਨ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਦਾ ਚਿੱਤ ਯੋਗ ਜੁੜਿਆ ਹੋਇਆ ਹੈ, ਜਿਹੜੇ ਨਾਮ ਅਭਿਆਸੀ ਮਹਾਂਪੁਰਖ ਹਨ, ਉਹ ਐਸੇ ਨਿੰਦਕਾਂ ਦੀ ਪਰਵਾਹ ਨਹੀਂ ਕਰਦੇ। ਉਹ ਆਪਣੀ ਮਸਤ ਚਾਲ, ਜੋ ਉਹਨਾਂ ਦਾ ਸੁਭਾਅ ਹੈ ਪਰਉਪਕਾਰ ਕਰਨ ਦਾ, ਜੋ ਉਹਨਾਂ ਦਾ ਸੁਭਾਅ ਹੈ ਗਊ ਤੇ ਗਰੀਬ ਦੀ ਰੱਖਿਆ ਕਰਨੀ, ਜੋ ਉਹਨਾਂ ਨੇ ਸੰਕਲਪ ਕੀਤਾ ਹੋਇਆ ਹੈ ਕਿ ਕੌਮ ਦੇ ਗਲੋਂ ਗੁਲਾਮੀ ਲਾ ਹੀ ਦੇਣੀ ਹੈ, ਐਸਾ ਉਹਨਾਂ ਨੇ ਆਪਣਾ ਸੁਭਾਅ ਜੋ ਧਾਰਨ ਕੀਤਾ ਹੈ ਉਹਨੂੰ ਕਰੀ ਜਾਂਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਉਹ ਤੇ ਇਹ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹ ਤੇ ਕਹਿੰਦੇ, ਸੱਜਣੋ ਜਿੰਨੀ ਨਿੰਦਾ ਹੁੰਦੀ ਓਨੀ ਕਰ ਲਵੋ, ਓਨੀ ਚੰਗੀ, ਐਸਾ ਉਹਨਾਂ ਦਾ ਸੁਭਾਅ। ਇਹ 14 ਰਤਨ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਜਿਨ੍ਹਾਂ ਨੇ ਹੋਰ ਵਿਸਥਾਰ ਸੁਣਨਾ ਹੋਵੇ, ਸਮਾਂ ਇਜਾਜ਼ਤ ਨਹੀਂ ਦਿੰਦਾ, ਹੁਕਮਨਾਮਾ ਸਾਹਿਬ ਜੀ ਵੀ ਅੱਜ ਅਸ਼ਟਪਦੀਆਂ ਚੋਂ ਹਨ, ਲੜੀਵਾਰ ਕਥਾ ਵੀ ਜੇ ਸਤਿਗੁਰੂ ਸਾਹਿਬ ਜੀ ਨੂੰ ਪਾਇਆ ਤੇ ਉਹ ਵੀ ਕਰਨੀ ਹੈ। ਜਿਵੇਂ ਜੇ ਬਹੁਤਾ ਵਿਸਥਾਰ ਸੁਣਨਾ ਹੋਵੇ ਤੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੋ ਸੰਪੂਰਨ ਗੁਰਬਾਣੀ ਦੀ ਕਥਾ, ਉਹਦੇ ਚੋਂ ਗੁਰਮੁਖ ਪਿਆਰੇ ਹੋਰ ਸੁਣ ਸਕਦੇ ਨੇ। ਬੜਾ ਮਹਾਨ ਵਿਸਥਾਰ ਇਹਦਾ ਕੀਤਾ ਹੈ। ਇਹ ਤੇ ਭਾਈ ਪ੍ਰਤੱਖ 14 ਰਤਨ ਪ੍ਰਾਪਤ ਹੋ ਰਹੇ ਨੇ ਗੁਰੂ ਕੀ ਸਾਧ ਸੰਗਤ ਚੋਂ। ਇਹ ਜੋ ਸਾਗਰ ਸਰੋਵਰ ਹੈ ਸਿੱਧੋ, ਇੱਥੋਂ ਇਹ ਪ੍ਰਤੱਖ ਰਤਨ ਵੀ ਮਿਲਦੇ ਹਨ, ਤੇ ਅਥਵਾ ਇੱਥੇ ਤੇ ਪਰਿਪੂਰਨ ਪਰਮਾਤਮਾ ਦੇ ਦਰ ਤੇ ਲਬਾਲਬ ਭਰ ਰਹੇ ਨੇ ਰਤਨ। ਇਹਤੋਂ ਅੱਗੇ ਵਿਰਾਗ ਵਿਵੇਕ ਸੋ ਮੋਖ ਇੱਛਾ ਰੂਪੀ ਹੋਰ ਕਿੰਨੇ ਕੁ ਰਤਨਾਂ ਦੀ ਗਿਣਤੀ ਕਰੀਏ, ਗਿਣੇ ਨਹੀਂ ਜਾ ਸਕਦੇ ਜੀ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਭਾਈ ਇਹਨਾਂ ਨੂੰ ਛਕਦਾ ਕੌਣ ਹੈ ਫਿਰ ਗਰੀਬ ਨਵਾਜ? ਇਹ ਜਿਹੜੇ ਤੁਹਾਡੇ ਇਹ ਰਤਨ ਹਨ, ਕਿੰਨਾ ਦੇ ਕੰਮ ਆਉਂਦੇ ਨੇ? ਗਰੀਬ ਨਵਾਜ ਕਹਿੰਦੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਇਹ ਨਾਮ ਰੂਪੀ ਜੋ ਅੰਮ੍ਰਿਤ ਹੈ, ਇਹਨੂੰ ਸੰਤ ਚੁਗ ਰਹੇ ਨੇ। ਹੰਸ ਜੋ ਹਨ, ਜਿਨ੍ਹਾਂ ਦਾ ਜੀਵਨ ਹੰਸਾਂ ਦੀ ਨਿਆਈ ਹੈ, ਜਿਨ੍ਹਾਂ ਨੇ ਵੇਖੋ
ਜਦੋਂ ਸੰਸਾਰ ਨੇ ਇਹ ਯਤਨ ਕੀਤਾ ਹੰਸ ਦੀ ਪ੍ਰੀਖਿਆ ਲੈਣ ਦਾ, ਦੁੱਧ ਤੇ ਪਾਣੀ ਇਕੱਠੇ ਹੀ ਰਲਾ ਕਰਕੇ ਹੰਸ ਦੇ ਅੱਗੇ ਰੱਖ ਦਿੱਤੇ, ਹੰਸ ਨੇ ਚੁੰਝ ਪਾਈ, ਦੁੱਧ ਵੱਖਰਾ ਹੋ ਗਿਆ, ਪਾਣੀ ਵੱਖਰਾ ਹੋ ਗਿਆ। ਇਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ ਉਹ ਪਾਈ ਰਹਿੰਦੇ ਤੇ ਸੰਸਾਰ ਦੇ ਵਿੱਚ ਹਨ, ਜਿੱਥੇ ਵਿਕਾਰਾਂ ਰੂਪੀ ਜਲ ਵੀ ਹੈ ਤੇ ਨਾਮ ਰੂਪੀ ਅੰਮ੍ਰਿਤ ਦੁੱਧ ਵੀ ਹੈ, ਪਰ ਉਹ ਆਪਣੀ ਰਸਨਾ ਦੁਆਰਾ, ਜਿਹੜੀ ਉਹਨਾਂ ਦੀ ਰਸਨਾ ਰੂਪੀ ਚੁੰਝ ਹੈ, ਉਹਦੇ ਦੁਆਰਾ ਵਕਾਰਾ ਰੂਪੀ ਜਲ ਨੂੰ ਤਿਆਗ ਕਰਕੇ ਨਿੰਦਿਆ ਨਹੀਂ ਕਰਦੇ, ਕਿਸੇ ਦੀ ਬਹੁਤੀ ਉਸਤਤੀ ਚਾਪਲੂਸੀ ਵੀ ਨਹੀਂ ਕਰਦੇ। ਮਹਾਂਪੁਰਖ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਜੇ ਕਿਸੇ ਦੀ ਨਿੰਦਿਆ ਨਹੀਂ ਤੇ ਬਹੁਤੀ ਉਸਤਤੀ ਵੀ ਨਹੀਂ, ਉਸਤਤ ਇੱਕ ਪਰਮੇਸ਼ਰ ਵਾਹਿਗੁਰੂ ਦੀ ਰਸਨਾ ਦੁਆਰਾ ਕਰਦੇ ਨੇ। ਐਸਾ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ ਅੰਮ੍ਰਿਤ ਰੂਪੀ ਇਹ ਜੋ ਰਤਨ ਹੈ ਇਹਨੂੰ ਚੁਗ ਰਹੇ ਹਨ, ਇਹਨੂੰ ਛਕ ਰਹੇ ਹਨ, ਨਹੀਂ ਦੂਰੇ ਇੱਕ ਪਲ ਮਾਤਰ ਵੀ ਉਹ ਸਤਸੰਗਤ ਤੋਂ ਦੂਰੀ ਨਹੀਂ ਕਰਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਕਿਉਂ ਭਾਈ, ਉਹਨਾਂ ਨੇ ਅੰਮ੍ਰਿਤ ਰੂਪੀ ਨਾਮ ਜੂ ਛਕਣਾ ਹੋਇਆ। ਇਹ ਸਤਸੰਗਤ ਦੀ ਮਹਾਨਤਾ ਹੈ, ਇਹ ਸਤਸੰਗਤ ਦੀ ਕਿਰਪਾ ਸਦਕਾ ਹੀ ਉਹ ਕਿਰਪਾ ਦੇ ਪਾਤਰ ਬਣ ਰਹੇ ਹਨ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਹਰੀ ਦਾ ਨਾਮ ਰੂਪੀ ਰਸ ਜਿਹੜਾ ਇਹਦਾ ਚੋਗਾ ਪਰਮੇਸ਼ਰ ਦੇ ਪਿਆਰੇ ਚੁਗਦੇ ਨੇ, ਇਹੋ ਹੀ ਭਾਈ ਪਰਮੇਸ਼ਰ ਵਾਹਿਗੁਰੂ ਨੂੰ ਭਾਉਂਦਾ ਹੈ, ਇਹੋ ਹੀ ਉਹਦੀ ਭਾਵਨਾ ਹੈ। ਜੇ ਭਾਈ ਸੰਗਤ ਦੇ ਵਿੱਚ ਨਹੀਂ ਆਵਾਂਗੇ ਤੇ ਕਿੱਥੋਂ ਪ੍ਰਾਪਤ ਹੋਵੇਗਾ? ਬਖਸ਼ਿਸ਼ ਕਰਦੇ ਹਨ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਇਹ ਜੋ ਸਾਧ ਸੰਗਤ ਰੂਪੀ ਸਰੋਵਰ ਹੈ, ਜਾਂ ਇਵੇਂ ਕਹਿ ਲਈਏ ਕਿ ਸਤਸੰਗਤ ਰੂਪੀ ਕਿਨਾਰਾ ਹੈ, ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਸਾਗਰ, ਜਿਹੜਾ ਸਤਸੰਗਤ ਰੂਪੀ ਕਿਨਾਰੇ ਤੇ ਆਣ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਗਰ ਦਾ ਪ੍ਰੇਮੀ ਹੋਇਆ ਨਾ, ਉਹਨੂੰ ਹੀ ਇਹ ਰਤਨ ਪ੍ਰਾਪਤ ਹੋਏ ਨਾ, ਉਹਨੂੰ ਹੀ ਭਾਈ ਪ੍ਰੇਮਾ ਭਗਤੀ ਪ੍ਰਾਪਤ ਹੋਈ, ਉਹਨੂੰ ਹੀ ਸ਼ਰਧਾ ਪ੍ਰਾਪਤ ਹੋਈ, ਉਹਨੂੰ ਹੀ ਪ੍ਰੀਤ ਪ੍ਰਾਪਤ ਹੋਈ, ਉਹਨੂੰ ਹੀ ਪ੍ਰੇਮ ਰੂਪੀ ਸ਼ਰਾਬ ਮਿਲੀ, ਉਹਨੂੰ ਹੀ ਫਿਰ ਇਸ ਤਰੀਕੇ ਦੇ ਨਾਲ ਉਦਮ ਰੂਪੀ ਤਨੁੱਖ ਪ੍ਰਾਪਤ ਹੋਇਆ ਹੈ, ਉਹਨੂੰ ਹੀ ਸ਼ਾਸਤਰ ਗਿਆਨ ਰੂਪੀ ਘੋੜਾ ਮਿਲਿਆ, ਉਹਨੂੰ ਹੀ ਯੋਗਾ ਅਭਿਆਸ ਰੂਪੀ ਸ਼ਾਸਤ ਸੋ ਜਿਹੜਾ ਹੈ ਭਾਈ ਹਾਥੀ ਪ੍ਰਾਪਤ ਹੋਇਆ, ਉਹਨੂੰ ਹੀ ਮਿਲਿਆ ਨਾ, ਦੂਸਰੇ ਨੂੰ ਤੇ ਨਹੀਂ ਨਾ ਮਿਲ ਸਕਿਆ ਜੀ। ਉਹੋ ਹੀ ਨਾ ਜਿਹੜਾ ਇਸ ਸਤਸੰਗਤ ਰੂਪੀ ਕਿਨਾਰੇ ਤੇ ਆਇਆ, ਉਹਨੂੰ ਹੀ ਪਤਾ ਲੱਗਾ ਨਾ ਨਿੰਦਿਆ ਰੂਪੀ ਜ਼ਹਿਰ ਹੈ, ਇਹਦਾ ਤਿਆਗ ਕਰਨਾ। ਜਿਹੜਾ ਇੱਥੇ ਆਇਆ ਉਹਨੂੰ ਹੀ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਇਆ ਨਾ, ਨਹੀਂ ਤੇ ਵੇਖ ਲਓ ਇੱਕ ਸੰਗਤ ਵਿੱਚ ਜਾ ਕਰਕੇ ਨਸ਼ਿਆਂ ਦੇ ਵਿੱਚ ਜੀਵਨ ਗਲਦਾ ਹੀ ਜਾ ਰਿਹਾ, ਨਸ਼ੇੜੀ ਹੋ ਕੇ ਮਰ ਰਹੇ ਹਾਂ, ਖਵਾਰ ਹੋ ਰਹੇ ਹਾਂ। ਪਰ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੇ ਭਾਈ ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ, ਸਰਵਰ ਦੇ ਵਿੱਚੋਂ ਹੀ ਇਹ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚੋਂ ਹੀ ਉਹਨਾਂ ਨੂੰ ਪ੍ਰਾਣਾਂ ਦਾ ਆਸਰਾ ਪਤੀ ਪਰਮੇਸ਼ਰ ਵਾਹਿਗੁਰੂ ਉਹ ਪ੍ਰਾਪਤ ਹੋਇਆ ਹੈ, ਹੋਰ ਕਿਤਿਓਂ ਨਹੀਂ ਮਿਲ ਸਕਦਾ। ਜੇ ਸੰਗਤ ਨਹੀਂ ਕਰਾਂਗੇ, ਆਪਾਂ ਕਹਿੰਦੇ ਹਾਂ ਜੀ ਇਹ ਫਲਾਣੇ ਨੇ ਨਸ਼ੇ ਲੈ ਆਉਂਦੇ, ਫਲਾਣੇ ਨੇ ਲੈ ਆਉਂਦੇ, ਭਾਈ ਨਸ਼ਾ ਲੱਗਾ ਤੇ ਤਾਂ ਨਾ ਜੇ ਕੋਈ ਸੰਗਤ ਵਿੱਚ ਗਏ। ਜੇ ਸੰਗਤ ਵਿੱਚ ਜਾਂਦੇ, ਵੇਖ ਲਈਏ ਅਨੇਕਾਂ ਉਦਾਹਰਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਆਪ ਜੀ ਨੂੰ ਮਿਲ ਜਾਣਗੀਆਂ, ਜਿਹੜੇ ਨੇਮੀ ਪ੍ਰੇਮੀ ਗੁਰਮੁਖ ਨੇ ਉਹ ਦੱਸਦੇ ਨੇ, ਆਪ ਕਈ ਆਪਣਾ ਜੀਵਨ ਦੱਸਦੇ ਨੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਉਣਾ ਆਰੰਭ ਨਹੀਂ ਸੀ ਨਾ ਕੀਤਾ, ਬੜਾ ਜੀਵਨ ਮਾੜਾ ਸੀ, ਬੜਾ ਨਸ਼ਿਆਂ ਵਿੱਚ ਗਲੇ ਹੋਏ ਸਾਂ, ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ, ਸਾਰਾ ਹੀ ਕੋੜ ਨਸ਼ਿਆਂ ਦਾ ਗਲੋਂ ਲਾਹ ਦਿੱਤਾ।
ਭਾਈ ਜਿਹੜਾ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਜਾਵੇ ਉਹਦਾ ਇਹ ਕੋੜ ਦੂਰ ਹੋ ਜਾਂਦਾ ਹੈ। ਕਿੱਥੋਂ ਰਹਿੰਦਾ ਹੈ? ਨਹੀਂ ਰਹਿੰਦਾ, ਨਹੀਂ ਲੱਗਦਾ। ਜਿਹੜੇ ਸੰਗਤ ਵਿੱਚ ਗਏ ਉਹਨਾਂ ਦੇ ਗਲ ਇਹ ਬਲਾਵਾਂ ਪੈ ਜਾਂਦੀਆਂ ਨੇ। ਪਰ ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਹੰਸਾਂ ਦੀ ਨਿਆਈ ਹਨ, ਜਿਨ੍ਹਾਂ ਦਾ ਜੀਵਨ ਹੈ ਪਰਮੇਸ਼ਰ ਵਾਹਿਗੁਰੂ ਦੇ ਪਾਸੋਂ ਨਾਮ ਰਤਨ ਦੀ ਪ੍ਰਾਪਤੀ ਕਰਨੀ, ਉਹਨਾਂ ਨੂੰ ਇੱਥੇ ਪ੍ਰਾਣਾਂ ਦਾ ਆਸਰਾ ਪਰਮੇਸ਼ਰ ਵਾਹਿਗੁਰੂ ਪਤੀ ਰੂਪ ਹੋ ਕਰਕੇ ਮਿਲਿਆ ਹੈ ਜੀ। ਕਿਆ ਬਗ ਬਪੁੜਾ ਛਪੜੀ ਨਾਏ। ਤੇ ਮਹਾਰਾਜ ਕਹਿੰਦੇ ਹੁਣ ਮਨਮੁੱਖਾਂ ਦੀ ਅਵਸਥਾ ਦੱਸਦੇ ਨੇ। ਪਹਿਲਾਂ ਦੱਸਿਆ ਹੈ ਕਿ ਸੰਗਤ ਦੇ ਪਰਮੇਸ਼ਰ ਵਾਹਿਗੁਰੂ ਦੇ ਕੀ ਗੁਣ ਨੇ। ਹੁਣ ਜਿਹੜੇ ਮਨਮੁੱਖਤਾ ਹੀ ਕਰਦੇ ਨੇ, ਜਿਹੜੇ ਹੋਰਨੀ ਪਾਸੀ ਤੁਰੇ ਫਿਰਦੇ ਨੇ, ਕੋਈ ਦੇਵੀ ਦੇਵਤਿਆਂ 'ਤੇ ਚਲਾ ਗਿਆ, ਕੋਈ ਪੱਥਰ ਪੂਜੀ ਜਾਂਦਾ ਹੈ, ਕੋਈ ਜਾ ਕਰਕੇ ਮਟੀਆਂ ਪੂਜੀ ਜਾਂਦਾ ਹੈ, ਮਹਾਰਾਜ ਉਹਨਾਂ ਨੂੰ ਵੀ ਕੋਈ ਪ੍ਰਾਪਤੀ ਹੁੰਦੀ? ਕਹਿੰਦੇ ਹਾਂ ਭਾਈ, ਬਗਲੇ ਨੂੰ ਵੀ ਪ੍ਰਾਪਤੀ ਹੈ। ਇਹ ਨਹੀਂ ਕਿ ਇਕੱਲੀ ਹੰਸ ਨੂੰ ਹੀ ਪ੍ਰਾਪਤੀ ਹੋਈ, ਬਗਲੇ ਨੂੰ ਵੀ ਪ੍ਰਾਪਤੀ ਹੁੰਦੀ ਹੈ। ਉਹ ਜਾਂਦਾ ਹੈ, ਕੀ ਕਰਦਾ ਹੈ? ਛੱਪੜ ਦੇ ਕੰਢੇ ਬੈਠ ਕਰਕੇ ਡੱਡੀਆਂ ਅਤੇ ਮੱਛੀਆਂ ਬਗਲਾ ਵੀ ਖਾ ਰਿਹਾ, ਉਹਨੂੰ ਵੀ ਖਾ ਰਿਹਾ। ਉੱਥੋਂ ਚਿੱਕੜ ਦੇ ਵਿੱਚ ਨਹਾਉਂਦਾ ਹੈ, ਤਾਰੀਆਂ ਲਾਉਂਦਾ। ਮਹਾਰਾਜ ਕਹਿੰਦੇ ਕਿਆ ਬਗ ਬੱਪੜਾ ਛੱਪੜੀ ਨਾਲ। ਕਹਿੰਦੇ ਕੀ ਭਾਈ, ਜਿਹੜਾ ਬਗਲਾ ਹੈ ਉਹਦਾ ਛੱਪੜੀ ਚ ਨਹਾਉਣਾ ਕਿਸ ਤਰੀਕੇ ਦਾ? ਅੱਗੇ ਬਖਸ਼ਿਸ਼ ਕਰਦੇ ਹਨ। ਕੀਚੜ ਡੂਬੈ ਮੈਲ ਨਾ ਜਾਏ। ਚਿੱਕੜ ਖਾਈ ਜਾਵੇ, ਚਿੱਕੜ ਚ ਡੁੱਬੀ ਜਾਵੇ, ਮੈਲ ਤੇ ਨਹੀਂ ਨਾ ਨਾਸ ਹੋ ਸਕਦੀ। ਇਹ ਤੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਸੰਗਤ ਹੈ, ਜਿੱਥੇ ਮੈਲ ਨਾਸ ਹੋ ਸਕਦੀ, ਜਿੱਥੇ ਮੈਲ ਲੱਥ ਜਾਂਦੀ ਉੱਥੇ ਚਿੱਕੜ ਚ ਡੁੱਬਿਆਂ ਦੀ ਮੈਲ ਨਹੀਂ ਜਾਂਦੀ। ਇਵੇਂ ਹੀ ਡੱਡੀਆਂ ਤੇ ਮੱਛੀਆਂ ਤੇ ਪ੍ਰਾਪਤ ਹੋ ਜਾਂਦੀਆਂ ਨੇ ਹੋਰਨੀਆਂ ਥਾਵਾਂ ਤੇ ਪੂਜਾ ਕਰਕੇ, ਪਰ ਮੁਕਤ ਰੂਪੀ ਪਦਾਰਥ ਪ੍ਰਾਪਤ ਨਹੀਂ ਹੋ ਸਕਦਾ। ਇਹ ਗੁਰੂ ਕੀ ਸਤਸੰਗਤ ਵਿੱਚ ਹੀ ਹੈ। ਹੋਰ ਥਾਵਾਂ ਤੇ ਮੱਥੇ ਰਗੜਨੇ ਤੇ ਮੁਖ ਤੇ ਕਾਲਖ ਤੇ ਲੱਗ ਸਕਦੀ ਹੈ, ਲੋਕੀ ਤਾਨੇ ਤੇ ਮਿਹਣੇ ਤੇ ਮਾਰ ਸਕਦੇ ਨੇ, ਤੁਹਾਡਾ ਗੁਰੂ ਫੜਿਆ ਗਿਆ ਜੇ ਵੇ, ਬੜਾ ਵਕਾਰੀ ਨਿਕਲਿਆ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਗੁਰੂ ਹਨ ਜਿਹੜੇ ਬਖਸ਼ ਕਰਨ ਵਾਲੇ ਹਨ। ਉਹਨਾਂ ਦਾ ਬਾਕੀਆਂ ਦਾ ਜੀਵਨ ਬਗਲਿਆਂ ਦੀ ਨਿਆਈ ਹੈ। ਬਗਲਿਆਂ ਦਾ ਕੀ ਸੁਭਾਅ ਹੈ ਜੀ? ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣਗਾ। ਹੰਸਾਂ ਦਾ ਸੁਭਾਅ ਹੀਰੇ ਤੇ ਮੋਤੀ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਸੁਭਾਅ ਸ਼ਰਧਾ, ਗਿਆਨ, ਵਿਰਾਗ ਤੇ ਵਿਵੇਕ ਧਾਰਨ ਕਰਨਾ। ਮਨਮੁੱਖਾਂ ਦਾ ਸੁਭਾਅ ਕੀ? ਚਿੱਕੜ ਕੀ ਖਾਣਾ, ਨਿੰਦਿਆ ਕਰਨੀ, ਫਿਰ ਇਸੇ ਤਰੀਕੇ ਦੇ ਨਾਲ ਬਖੀਲੀ ਕਰਨੀ, ਈਰਖਾ ਕਰਨੀ, ਹੰਕਾਰ ਕਰਨਾ, ਇਹ ਮਨਮੁੱਖ ਚਿੱਕੜ ਖਾ ਰਹੇ ਹਨ। ਫਿਰ ਡੱਡੀਆਂ ਤੇ ਮੱਛੀਆਂ ਦੀ ਨਿਆਈ, ਦੂਸਰਿਆਂ ਨੂੰ ਮਾਰ ਕਰਕੇ ਪਦਾਰਥ ਖੋਣੇ, ਈਰਖਾ ਕਰਕੇ ਜਾਂ ਇਸੇ ਤਰੀਕੇ ਦੇ ਨਾਲ ਕਿਸੇ ਦੀ ਚੁਗਲੀ ਲਾ ਕਰਕੇ ਤੇ ਉਹਦਾ ਨੁਕਸਾਨ ਕਰਨਾ, ਇਹ ਜਿਹੜੇ ਮਨਮੁੱਖ ਹਨ ਉਹ ਭਾਈ ਚਿੱਕੜ ਐਸਾ ਖਾ ਰਹੇ ਹਨ। ਵਿਸਰਾਮ ਦੇ ਕੇ ਬਖਸ਼ ਕਰਦੇ ਨੇ, ਜਿੰਨਾ ਮਰਜ਼ੀ ਭਾਈ ਹੋਰ ਦੁਆਰਿਆਂ ਤੇ ਜਾ ਕਰਕੇ ਨਹਾਈ ਜਾ, ਮੈਲ ਨਹੀਂ ਦੂਰ ਹੋ ਸਕਦੇ। ਰੱਖ ਰੱਖ ਚਾਰਨ ਧਰੇ ਵੀ ਚਾਰੀ। ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਉਹ ਮਨ ਬੁੱਧ ਰੂਪੀ ਚਰਨਾਂ ਨੂੰ ਬੜੇ ਪ੍ਰੇਮ ਸਤਿਕਾਰ ਸਹਿਤ ਰੱਖਦੇ ਨੇ। ਕੀ ਭਾਈ, ਉੱਥੇ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਵਸਾ ਕਰਕੇ ਰੱਖਦੇ ਨੇ। ਪ੍ਰਤੱਖ ਚਰਨਾਂ ਦੁਆਰਾ ਗੁਰੂ ਕੀ ਸੰਗਤ ਧਾਰਨ ਕਰਦੇ ਹਨ, ਮਨ ਤੇ ਬੁੱਧ ਦੁਆਰਾ ਪਰਮੇਸ਼ਰ ਦੀ ਵਿਚਾਰ ਧਾਰਨ ਕੀਤੀ ਹੈ ਜੀ। ਦੁਬਦਾ ਛੋੜ ਭਏ ਨਿਰੰਕਾਰੀ। ਦੁਬਦਾ ਦਵੈਤ ਨੂੰ ਛੱਡ ਕਰਕੇ ਨਿਰੰਕਾਰ ਅਕਾਲ ਪੁਰਖ ਦਾ ਹੀ ਸਰੂਪ ਹੋ ਗਏ ਨੇ, ਪਲਟ ਕੇ ਉਹਦੇ ਵਰਗੇ ਹੋ ਗਏ ਨੇ।
ਉਹ ਜਿਉਂ ਜਲ ਮਹਿ ਜਲ ਪੈਸ ਨਾ ਨਿਕਲੇ ਤੋਂ ਢੁਰ ਮਿਲੇ ਉਹ ਜਲਾਹੋ, ਐਸਾ ਉਹਨਾਂ ਦਾ ਸੁਭਾਅ ਬਣ ਗਿਆ। ਜਿਵੇਂ ਜਲ 'ਚ ਜਲ ਮਿਲ ਕਰਕੇ ਇੱਕੋ ਹੀ ਸਰੂਪ ਹੋ ਜਾਂਦਾ, ਇਵੇਂ ਪਰਮੇਸ਼ਰ 'ਚ ਮਿਲ ਕਰਕੇ ਇੱਕੋ ਹੀ ਸਰੂਪ, ਨਿਰੰਕਾਰ ਦਾ ਸਰੂਪ ਹੀ ਹੋ ਗਏ ਨੇ। ਉਹਨਾਂ ਨੂੰ ਸਾਰੇ ਇਹੋ ਕਹਿੰਦੇ ਨੇ, ਇਹ ਰੱਬ ਸਰੂਪ ਮਹਾਤਮਾ ਹਨ। ਮਹਾਰਾਜ ਉਹਨਾਂ ਨੇ ਕਿਉਂ ਜੀ ਕਿਵੇਂ ਮਿਲਿਆ? ਕਹਿੰਦੇ ਦੁਬਧਾ ਛੱਡ ਦਿੱਤੀ, ਦੁਬਧਾ ਨਹੀਂ ਰਹੀ ਉਹਨਾਂ ਦੇ ਵਿੱਚ। ਜਿਵੇਂ ਬਾਬਾ ਈਸ਼ਰ ਸਿੰਘ ਜੀ ਦੋਦਰ ਵਾਲੇ ਮਹਾਂਪੁਰਖ, ਉਹਨਾਂ ਦੇ ਪਾਸ ਇੱਕ ਪੰਡਿਤ ਆ ਗਿਆ ਵਿਦਵਾਨ, ਕਹਿਣ ਲੱਗਾ ਜੀ ਮੈਂ 12 ਸਾਲ ਵਿਦਿਆ ਪੜ੍ਹੀ ਹੈ, 12 ਸਾਲਾਂ ਦੀ ਵਿਦਿਆ ਤੋਂ ਬਾਅਦ ਮੈਂ ਦਵੈਤ ਸਿੱਧ ਕਰ ਸਕਦਾ ਹਾਂ। ਦਵੈਤ ਕੀ ਜੀ? ਕਹਿੰਦੇ ਮੈਂ ਦੱਸ ਸਕਦਾ ਹਾਂ ਕਿ ਜੀਵ ਹੋਰ ਹੈ ਤੇ ਈਸ਼ਰ ਪਰਮਾਤਮਾ ਹੋਰ ਹੈ। ਮਹਾਂਪੁਰਖ ਚੁੱਪ ਹੀ ਰਹੇ, ਕੁਝ ਬੋਲੇ ਨਹੀਂ, ਅੱਗੋਂ ਇਹਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਇਹ ਵਾਰ ਵਾਰ ਕਹੀ ਜਾਵੇ ਜੀ ਮੇਰੇ ਨਾਲ ਬਹਿਸ ਕਰਵਾ ਲਵੋ, ਮੈਂ ਦੱਸ ਸਕਦਾ ਹਾਂ ਕਿ ਪਰਮੇਸ਼ਰ ਹੋਰ ਹੈ ਤੇ ਜੀਵ ਹੋਰ ਹੈ, ਮੈਂ ਦਵੈਤ ਜਿਹੜੀ ਇਹ ਪ੍ਰਗਟ ਕਰ ਸਕਦਾ। ਮਹਾਂਪੁਰਖ ਚੁੱਪ ਰਹੇ। ਇੰਨੇ ਚਿਰ ਨੂੰ ਇੱਕ ਝਾੜੂ ਜਿਹੜਾ ਲਾਉਣ ਵਾਲਾ ਸੀ ਸਿੱਖ, ਉਹ ਆ ਗਿਆ ਮਹਾਂਪੁਰਖਾਂ ਦੇ ਪਾਸ। ਦੋਧਰ ਡੇਰੇ ਵਿੱਚ ਇਹ ਪੰਡਿਤ ਬੈਠਾ ਹੋਇਆ ਸੀ। ਮਹਾਂਪੁਰਖਾਂ ਨੇ ਉਸ ਝਾੜੂ ਦੇਣ ਵਾਲੇ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਉਰੇ ਆਈ ਭਾਈ ਸਿੱਖਾ, ਤੇਰੇ ਨਾਲ ਬਚਨ ਕਰਨਾ। ਕਹਿਣ ਲੱਗਾ ਹਾਂਜੀ ਮਹਾਂਪੁਰਖੋ। ਕਹਿਣ ਲੱਗੇ ਤੂੰ ਨਿਰਾਈ ਰੱਬ ਸਰੂਪ ਹੈ, ਤੂੰ ਨਿਰਾਈ ਰੱਬ ਲੱਗਦਾ, ਤੇਰੇ ਤੇ ਪਰਮੇਸ਼ਰ ਵੱਸਦਾ, ਆ ਜਾ ਸਾਡੇ ਆਸਣ ਤੇ ਬੈਠ ਜਾ, ਬਾਹੋਂ ਫੜ ਕੇ ਆਪਣੇ ਆਸਣ ਤੇ ਬਿਠਾਲੀ ਜਾਣ। ਉਹ ਬੜੇ ਤਰਲੇ ਮਾਰੇ, ਨਹੀਂ ਮਹਾਂਪੁਰਖੋ ਮੇਰੇ ਵਿੱਚ ਇੰਨੀ ਔਕਾਤ ਨਹੀਂ, ਮੈਂ ਤੇ ਪਾਪੀ ਹਾਂ ਜੀ, ਮੈਂ ਅਲਪੱਗ ਹਾਂ, ਮੈਂ ਬੜਾ ਕੁਕਰਮੀ ਹਾਂ, ਮੈਨੂੰ ਐਵੇਂ ਨਾ ਕਹੋ ਜੀ। ਮਹਾਂਪੁਰਖ ਕਹਿਣ ਨਹੀਂ ਤੂੰ ਰੱਬ ਸਰੂਪ ਹੈ। ਉਹ ਕਵੇ ਨਹੀਂ ਜੀ ਮੈਂ ਰੱਬ ਸਰੂਪ ਨਹੀਂ, ਮੈਂ ਤਾਂ ਪਾਪੀ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਉਹਨੂੰ ਛੱਡ ਦਿੱਤਾ। ਕਹਿਣ ਲੱਗੇ ਪੰਡਿਤ ਜੀ ਦੁਬਧਾ ਦਵੈਤ ਤੇ ਇਹਨੇ ਵੀ ਸਿੱਧ ਕਰ ਦਿੱਤੀ। ਵੇਖੋ ਇਹ ਅਨਪੜ੍ਹ ਹੈ, ਬੇਸਮਝ ਹੈ, ਝਾੜੂ ਲਾਉਣ ਵਾਲਾ ਹੈ, ਦਵੈਤ ਤੇ ਇਹ ਵੀ ਸਿੱਧ ਕਰੀ ਜਾਂਦਾ, ਦੁਬਧਾ ਤੇ ਇਹਨੇ ਵੀ ਦੱਸ ਦਿੱਤੀ ਇਹ ਕਿ ਮੈਂ ਹੋਰ ਹਾਂ ਤੇ ਪਰਮੇਸ਼ਰ ਹੋਰ ਹੈ। ਕਹਿੰਦੇ ਮਜ਼ਾ ਤੇ ਤਾਂ ਸੀ 12 ਸਾਲ ਪੜ੍ਹਨ ਦਾ, ਤੂੰ ਅਦਵੈਤ ਦਾ ਕਥਨ ਕਰਨ ਦਾ, ਤੈਨੂੰ ਇਹ ਪਤਾ ਲੱਗ ਜਾਂਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਜਿੱਥੇ ਕਿੱਥੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਵੱਸਦਾ ਹੈ। ਜੇ ਦੁਬਧਾ ਹੀ ਪੜ੍ਹਨੀ ਸੀ ਤੇ ਦੁਬਧਾ ਤੇ ਅਨਪੜ੍ਹਾਂ ਨੂੰ ਵੀ ਪਤਾ, ਜਿਵੇਂ ਹੁਣ ਦੁਬਧਾ ਪਾ ਕਰਕੇ ਵੇਖੀ ਜਾਂਦੇ ਕਿ ਜੀ ਸ੍ਰੀ ਰਾਮ ਚੰਦਰ ਜੀ 'ਚ ਕੋਈ ਜੋਤ ਹੋਰ ਹੈ ਤੇ ਦੂਸਰੇ ਮਹਾਤਮਾ ਮਹਾਂਪੁਰਖਾਂ 'ਚ ਕੋਈ ਹੋਰ ਹੈ, ਨਹੀਂ ਭਾਈ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪਕਾ। ਸੰਤ ਤੇ ਆਵਾਜ਼ਾਂ ਦੇ ਕੇ ਕਹਿੰਦੇ ਉਹ ਮੂਰਖਾ ਐਵੇਂ ਨਾ ਭਰਮਾਂ 'ਚ ਭੁੱਲਿਆ ਫਿਰ, ਕਾਹਦੇ ਲਈ ਝਗੜੇ ਕਰਦਾ, ਹਰੇਕ ਥਾਂ ਤੇ ਪਰਮੇਸ਼ਰ ਵਾਹਿਗੁਰੂ ਹੀ ਵੱਸ ਰਿਹਾ, ਜੋ ਉਹਨਾਂ ਦੇ ਵਿੱਚ ਜੋਤ ਹੈ ਉਹੋ ਹੀ ਸਾਰਿਆਂ ਵਿੱਚ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਨਾ ਕਿਸੇ ਹੋਰ ਦੀ ਤੇ ਜੋਤੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੁਬਧਾ ਛੋੜ ਪਏ, ਨਿਰੰਕਾਰੀ ਦੁਬਧਾ ਛੱਡ ਦਿੱਤੀ ਹੈ, ਦਵੈਤ ਛੱਡ ਦਿੱਤੀ ਹੈ, ਤਾਂ ਹੀ ਉਹ ਕਿਸੇ ਨਾਲ ਈਰਖਾ ਨਹੀਂ, ਤਾਂ ਹੀ ਉਹ ਕਿਸੇ ਦੇ ਗੁਣ ਨਹੀਂ ਗਾਉਂਦੇ। ਸਾਨੂੰ ਅਖਾਣਾ ਦਿਸਿਆ ਸੱਜਣ, ਵਡਿਆਈਆਂ ਕਰਨੋਂ ਹੀ ਨਹੀਂ ਥੱਕਦੇ, ਅਖਾਣਾ ਦਿਸਿਆ ਦੁਸ਼ਮਣ ਤੇ ਨਿੰਦਿਆ ਹੀ ਕਰੀ ਜਾਂਦੇ, ਇਹ ਸਾਡਾ ਸੁਭਾਅ ਹੈ ਕਿਉਂਕਿ ਦੁਬਧਾ ਨਹੀਂ ਛੱਡੀ ਹੋਈ। ਪਰਮੇਸ਼ਰ ਦੇ ਪਿਆਰਿਆਂ ਨੇ ਦੁਬਧਾ ਤਿਆਗ ਦਿੱਤੀ ਹੈ, ਉਹਨਾਂ ਨੂੰ ਸਾਰਿਆਂ ਥਾਵਾਂ ਤੇ ਪਰਮੇਸ਼ਰ ਵਿਆਪਕ ਨਜ਼ਰ ਆਇਆ ਹੈ,
ਤਾਂ ਉਹਦਾ ਰੂਪ ਹੋ ਗਏ ਹਨ। ਮੁਕਤ ਪਦਾਰਥ ਹਰ ਰਸ ਚਾਖੇ, ਉਹਨਾਂ ਨੂੰ ਮੁਕਤੀ ਰੂਪੀ ਪਦਾਰਥ ਜਿਹੜਾ ਪ੍ਰਾਪਤ ਹੋ ਗਿਆ, ਹਰੀ ਦੇ ਪ੍ਰੇਮ ਰਸ ਨੂੰ ਚਾਖੇ ਛਕ ਰਹੇ ਹਨ। ਆਵਣ ਜਾਣ ਰਹੇ ਗੁਰ ਰਾਖੇ, ਮਹਾਰਾਜ ਹੋਰ ਕੁਝ ਮਿਲਿਆ ਕਹਿੰਦੇ ਆਉਣ ਜਾਣ ਤੋਂ ਰਹਿ ਗਏ ਨੇ, ਹੁਣ ਦੁਬਾਰਾ ਜੰਮਣ ਤੇ ਮਰਨ ਦੇ ਗੇੜ ਵਿੱਚ ਨਹੀਂ ਪੈਣਗੇ। ਆਵਣ ਜਾਣ ਰਹੇ ਗੁਰ ਰਾਖੇ, ਪੁੱਛੀਏ ਮਹਾਂਪੁਰਖੋ ਕੀ ਮਿਲਿਆ, ਕਹਿੰਦੇ ਮਨ ਜਿਹੜਾ ਆਉਂਦਾ ਜਾਂਦਾ ਸੀ ਟਿਕ ਗਿਆ ਹੈ, ਹੁਣ ਆਉਂਦਾ ਤੇ ਜਾਂਦਾ ਨਹੀਂ। ਮਹਾਰਾਜ ਕਿਉਂ ਨਹੀਂ ਆਉਂਦਾ, ਕਹਿੰਦੇ ਗੁਰ ਰਾਖੇ, ਗੁਰੂ ਸਾਹਿਬ ਜੀ ਰਾਖੇ ਹੋ ਗਏ ਨਾ, ਹੁਣ ਇਹ ਮਨ ਭੱਜਦਾ ਨਹੀਂ। ਜਦੋਂ ਗੁਰੂ ਰਖਵਾਲੀ ਕਰਨ ਲੱਗ ਪਵੇ ਫਿਰ ਭਾਈ ਵੇਸਵਾ ਦੇ ਦੁਬਾਰੇ ਤੇ ਵੀ ਜਾ ਕੇ ਗੁਰੂ ਪਹਿਰਾ ਲਾ ਦਿੰਦਾ ਜੇ ਉੱਥੋਂ ਵੀ ਮੋੜ ਲਿਆਉਂਦਾ। ਐਸਾ ਗੁਰੂ ਹੈ ਇਹ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਗੁਰੂ ਸਾਹਿਬ ਜੀ ਨੇ ਰੱਖਿਆ ਕੀਤੀ, ਫਿਰ ਆਉਣਾ ਤੇ ਜਾਣਾ ਮੁੱਕ ਗਿਆ। ਵਾਰ ਵਾਰ ਸੰਸਾਰ ਤੇ ਆਉਂਦੇ ਤੇ ਜਾਂਦੇ ਨਹੀਂ, ਜੰਮਦੇ ਤੇ ਮਰਦੇ ਨਹੀਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਸਰਵਰ ਹੰਸਾ ਛੋੜ ਨਾ ਜਾਏ, ਇਸ ਕਰਕੇ ਸਤਸੰਗਤ ਰੂਪੀ ਸਰੋਵਰ ਨੂੰ ਛੱਡ ਕਰਕੇ ਹੰਸ ਕਿਤੇ ਹੋਰ ਜਾਂਦੇ ਨਹੀਂ ਪਰਮੇਸ਼ਰ ਦੇ ਪਿਆਰੇ ਜੀ। ਉਹ ਨਹੀਂ ਕਰਦੇ ਕੁਸੰਗੀਆਂ ਦੀ ਸੰਗਤ, ਉਹਨਾਂ ਤੇ ਨਹੀਂ ਲੱਗਦੇ ਦੋਸ਼ ਜੀ। ਪ੍ਰੇਮ ਭਗਤ ਕਰ ਸਹਿਜ ਸਮਾਏ, ਪ੍ਰੇਮਾ ਭਗਤੀ ਕਰਦੇ ਹੋਏ ਸੁਤੇ ਹੀ ਪਰਮੇਸ਼ਰ ਵਾਹਿਗੁਰੂ ਚ ਸਮਾ ਗਏ ਹਨ। ਸਰਵਰ ਮਹਿ ਹੰਸ ਹੰਸ ਮਹਿ ਸਾਗਰ, ਹੁਣ ਉਹਨਾਂ ਦੀ ਅਵਸਥਾ ਕੀ ਹੈ ਜੀ? ਸਰਵਰ ਮਹਿ ਹੰਸ, ਸਰਵਰ ਸਾਧ ਸੰਗਤ ਰੂਪੀ ਸਰੋਵਰ ਵਿੱਚ ਹੰਸ ਪਰਮੇਸ਼ਰ ਦੇ ਪਿਆਰੇ ਰਹਿੰਦੇ ਹਨ, ਇਹ ਤੇ ਇੱਕ ਬਾਤ ਹੈ ਨਾ। ਮਹਾਰਾਜ ਕਹਿੰਦੇ ਹੰਸ ਮਹਿ ਸਾਗਰ, ਸਰਵਰ ਸਰੋਵਰ ਚ ਰਹੇ ਪਰਮੇਸ਼ਰ ਦੇ ਪਿਆਰੇ ਸਾਧ ਸੰਗਤ ਰੂਪੀ। ਸਾਗਰ ਕੌਣ ਹੈ? ਗੁਰੂ ਸਾਹਿਬ ਜੀ, ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੰਸ ਨੇ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਸਾਗਰ ਗੁਰੂ ਵਸਿਆ ਹੋਇਆ ਹੈ, ਇਹ ਉਹਨਾਂ ਦੀ ਅਵਸਥਾ ਹੈ। ਉਹ ਸਾਧ ਸੰਗਤ ਰੂਪੀ ਸਰੋਵਰ ਤੇ ਰਹਿ ਰਹੇ ਨੇ ਤੇ ਸਾਗਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹਿਰਦੇ ਚ ਵਸ ਰਿਹਾ ਹੈ ਜੀ। ਅਕਥ ਕਥਾ ਗੁਰ ਬਚਨੀ ਆਦਰ, ਆਦਰ ਪ੍ਰੇਮ ਸਤਿਕਾਰ ਵਾਲੇ ਬਚਨਾ ਸਦਕਾ ਉਹ ਪਰਮੇਸ਼ਰ ਦੀ ਅਕਥ ਕਥਾ ਨੂੰ ਕਹਿ ਰਹੇ ਤੇ ਸੁਣ ਰਹੇ ਹਨ। ਜੇ ਕੋਈ ਕਹਿੰਦਾ ਹੈ ਇੱਥੇ ਤੇ ਮੇਰੇ ਵਰਗਿਆਂ ਦਾ ਸੁਭਾਅ ਬਣਿਆ, ਚਾਰ ਅੱਖਰ ਪੜੇ, ਕਹਿੰਦਾ ਜਿਹੜੇ ਮੈਂ ਅਰਥ ਕਰ ਆਇਆ ਇਹ ਕਿਸੇ ਕੋਲੋਂ ਨਹੀਂ ਹੋਣੇ, ਤਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਪੁੱਛਿਆ ਮਹਾਂਪੁਰਖੋ ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਜਿਹੜੇ ਤੁਸੀਂ ਕਹਿ ਕੇ ਆਏ ਜੇ ਇਹ ਬੜੇ ਵੱਡੇ ਨੇ, ਇਹਨਾਂ ਤੋਂ ਪਰੇ ਕੁਝ ਕਹਿ ਸਕਦਾ? ਉਹ ਹੱਥ ਜੋੜ ਕੇ ਕਹਿੰਦੇ ਨੇ ਭਾਈ ਉਹ ਤੇ ਅਕਥ ਹੈ, ਉਹ ਕਥਨ ਤੋਂ ਬਾਹਰਾ ਹੈ, ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਜਿਵੇਂ ਮੇਰੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਅਨੇਕਾਂ ਵਾਰ ਸੰਗਤ 'ਚ ਇਹ ਬਚਨ ਕਰਦੇ ਨੇ ਕਿ ਪੂਰਿਆਂ ਦੀ ਗੱਲ ਅਧੂਰੇ ਕਦੀ ਨਹੀਂ ਕਰ ਸਕਦੇ। ਐਸੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹ ਕਹਿੰਦੇ ਨੇ ਗੁਰਸਿੱਖਾ ਪਰਮੇਸ਼ਰ ਦੀ ਕਥਾ ਅਕਥ ਹੈ, ਕੋਈ ਕਹਿ ਨਹੀਂ ਸਕਦਾ। ਇਹ ਤੇ ਜਿੰਨਾ ਕੁ ਉਹਨੇ ਆਨੰਦ ਬਖਸ਼ਿਆ ਮੈਂ ਉਹਨਾਂ ਕੀ ਕਹਿ ਕੇ ਆਇਆ, ਮੈਂ ਇੰਨਾ ਜਾਣਦਾ ਹਾਂ ਇਹ ਤੋਂ ਪਰੇ ਹੈ। ਕਿਉਂ? ਪਰਮੇਸ਼ਰ ਵਾਹਿਗੁਰੂ ਇੱਥੇ ਤੇ ਇਹੋ ਹੀ ਕਿਹਾ ਜਾ ਸਕਦਾ ਹੈ, ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜੀ। ਉਹ ਇੱਥੇ ਪਰੇ ਤੋਂ ਪਰੇ ਪਰਮੇਸ਼ਰ ਦੇ ਪਿਆਰੇ ਹਨ। ਹਾਂ, ਆਦਰ ਪ੍ਰੇਮ ਸਤਿਕਾਰ ਦੇ ਬਚਨਾਂ ਦੁਆਰਾ ਪਰਮੇਸ਼ਰ ਦੇ ਪਿਆਰੇ ਕਹਿੰਦੇ ਹਨ, ਪ੍ਰੇਮ ਸਹਿਤ ਕਹਿ ਰਹੇ ਹਨ। ਉਹ ਪਰਮੇਸ਼ਰ ਵਾਹਿਗੁਰੂ ਦੀ ਕਿਹੜੀ ਜੀ? ਅਕਥ ਕਥਾ ਜੋ ਹੈ,
ਜੋ ਕਥਨ ਤੋਂ ਰਹਿਤ ਹੈ। ਜੇ ਕੋਈ ਕਹਿ ਦੇਵੇ ਕਿ ਮੈਂ ਹੁਕਮਨਾਮੇ ਸਾਹਿਬ ਦੇ ਸੰਪੂਰਨ ਅਰਥ ਕਰ ਦਿੱਤੇ ਤੇ ਬੇਵਕੂਫੀ ਹੈ, ਬੇਸਮਝੀ ਹੈ। ਨਹੀਂ ਭਾਈ, ਇਹ ਕਥਨ ਤੋਂ ਰਹਿਤ ਕਥਾ ਹੈ, ਕੋਈ ਨਹੀਂ ਕਰ ਸਕਦਾ। ਉਹ ਹਾਂ, ਆਦਰ ਤੇ ਪ੍ਰੇਮ ਦੇ ਬਚਨਾਂ ਸਹਿਤ ਇਹਨੂੰ ਕਰਨ ਦੇ ਨਾਲ ਪ੍ਰਾਪਤੀ ਕੀ ਹੈ? ਆਨੰਦ ਮਿਲ ਰਿਹਾ ਹੈ। ਕੋਈ ਸੁਣ ਰਿਹਾ ਹੈ, ਕੋਈ ਕਹਿ ਰਿਹਾ ਹੈ, ਆਨੰਦ ਦੀ ਪ੍ਰਾਪਤੀ ਹੋ ਰਹੀ ਹੈ। ਇਹਨੂੰ ਮਿਲ ਕੇ ਵੱਡਾ ਕਹਿਣ ਨਾਲ ਵੱਡਾ ਨਹੀਂ ਹੋਣ ਲੱਗਾ ਤੇ ਛੋਟਾ ਕਹਿਣ ਨਾਲ ਇਹ ਰੱਬ ਛੋਟਾ ਨਹੀਂ ਜੇ ਹੋਣ ਲੱਗਾ। ਰੱਬ ਕੁੱਜੇ 'ਚ ਨਹੀਂ ਜੇ ਪਾਇਆ ਜਾਂਦਾ, ਇਹ ਬੇਅੰਤ ਹੈ। ਇਸ ਕਰਕੇ ਆਦਰ ਸਤਿਕਾਰ ਨਾਲ ਕਹਿ, ਇਹਨੂੰ ਆਦਰ ਦੇਣ ਦੇ ਨਾਲ ਤੈਨੂੰ ਕੀ ਹੋਵੇਗਾ? ਬਚਨੀ ਆਦਰ, ਗੁਰੂ ਕੇ ਬਚਨ ਮੰਨਣ ਕਰਕੇ ਤੇਰਾ ਆਦਰ ਸਤਿਕਾਰ ਹੋ ਜਾਵੇਗਾ। ਦੁਨੀਆਂ ਦੇ ਲੋਕ ਕਹਿਣਗੇ ਇਹ ਗੁਰੂ ਵਾਲਾ ਹੈ, ਇਹ ਗੁਰੂ ਕੇ ਬਚਨ ਸੁਣਾਉਂਦਾ, ਇਹ ਸਤਿਕਾਰ ਮਿਲੇਗਾ, ਤੂੰ ਵੀ ਆਦਰ ਵਾਲਾ ਹੋ ਜਾਵੇਂਗਾ। ਸੁਨ ਮੰਡਲ ਇੱਕ ਜੋਗੀ ਬੈਸੇ। ਹੁਣ ਕਿਰਪਾ ਕਰਦੇ ਨੇ ਭਾਈ, ਉਹ ਜੋ ਅਫੁਰ ਅਵਸਥਾ ਹੈ ਉਹਦੇ ਵਿੱਚ ਸੁਨ ਜੋ ਅਕਾਲ ਪੁਰਖ ਵਾਹਿਗੁਰੂ ਉਹ ਬੈਠਾ ਹੋਇਆ ਹੈ ਜੀ। ਨਾਰ ਨਾ ਪੁਰਖ ਕਹੋ ਕੋ ਕੈਸੇ। ਉਹ ਨਾਰ ਹੈ ਜਾਂ ਭਾਈ ਪੁਰਖ ਹੈ, ਕੋਈ ਕੀ ਕਹਿ ਸਕਦਾ ਕੈਸਾ ਹੈ ਜੀ? ਉਹ ਤ੍ਰਿਭਾਵਨ ਜੋਤ ਰਹੇ ਲੇਵ ਲਾਈ। ਉਹ ਨਾਰੀ ਤੇ ਪੁਰਖ ਨਹੀਂ ਕਿਹਾ ਜਾਂਦਾ, ਤਿੰਨਾਂ ਭਵਨਾਂ ਵਿੱਚ ਉਹਦੀ ਜਿਹੜੀ ਜੋਤ ਹੈ ਉਹ ਵਿਰਾਜਮਾਨ ਹੋ ਰਹੀ ਹੈ। ਤਿੰਨਾਂ ਹੀ ਭਵਨਾਂ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਆਪ ਪਰਚਿਆ ਹੋਇਆ ਹੈ ਜੀ। ਇਹ ਨਹੀਂ ਕਿਹਾ ਜਾ ਸਕਦਾ ਉਹ ਨਾਰੀ ਹੈ, ਉਹ ਪੁਰਖ ਹੈ, ਉਹ ਤੇ ਅਕਾਲ ਸਰੂਪ ਹੈ। ਉਹਨੂੰ ਤੇ ਕਹਿ ਹੀ ਦਿੱਤਾ ਅਕਾਲ ਮੂਰਤ, ਕਾਲ ਤੋਂ ਰਹਿਤ ਮੂਰਤ ਹਸਤੀ ਹੈ ਜੀ ਉਹਦੀ। ਸੁਰ ਨਰ ਨਾਥ ਸੱਚੇ ਸਰਣਾਈ। ਕਹਿੰਦੇ ਮਹਾਰਾਜ ਫਿਰ ਉਹਦੇ ਇਹ ਜਿਹੜੇ ਬਾਕੀ ਹਨ, ਕਹਿੰਦੇ ਇਹ ਸਾਰੇ ਦੇ ਸਾਰੇ ਭਾਵੇਂ ਸੁਰ ਹਨ, ਭਾਵੇਂ ਨਰ ਭਾਈ ਮਨੁੱਖ ਹਨ, ਭਾਵੇਂ ਨਾਥ ਜੋਗੀ ਹਨ, ਅਭਿਆਸੀ ਹਨ, ਸਾਰੇ ਉਹਦੀ ਸ਼ਰਨ ਨੂੰ ਗ੍ਰਹਿਣ ਕਰਦੇ ਹਨ। ਉਹ ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਵਾਲਾ ਹੈ ਜੀ। ਆਨੰਦ ਮੂਲ ਅਨਾਥ ਆਧਾਰੀ। ਕੈਸਾ ਹੈ ਉਹ? ਆਨੰਦ ਦਾ ਮੂਲ ਮੁੱਢ ਹੈ ਪਰਮੇਸ਼ਰ ਵਾਹਿਗੁਰੂ। ਉਹਨੂੰ ਮਿਲਣੇ ਤੇ ਆਨੰਦ ਪ੍ਰਾਪਤ ਹੁੰਦਾ ਹੈ। ਆਨੰਦ ਦਾ ਮੂਲ ਨਾਮ ਹੈ ਮੁੱਢ ਦਾ, ਫਿਰ ਅਨਾਥ ਆਧਾਰੀ ਸਾਰਿਆਂ ਦਾ ਆਧਾਰ ਰੂਪ ਹੈ, ਆਪ ਕਿਸੇ ਦਾ ਉਹ ਭਾਈ ਉਹਦਾ ਮਾਲਕ ਕੋਈ ਨਹੀਂ। ਅਨਾਥ ਤਾਂ ਕਿਹਾ ਹੈ, ਉਹਦਾ ਕੋਈ ਮਾਲਕ ਨਹੀਂ। ਸਾਡਾ ਤੇ ਨਾਥ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਨਾ, ਅਸੀਂ ਅਨਾਥ ਨਹੀਂ, ਉਹਦਾ ਮਾਲਕ ਕੋਈ ਨਹੀਂ। ਹਾਂ, ਉਹ ਸਾਰਿਆਂ ਦਾ ਹੀ ਆਸਰਾ ਹੈ, ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਉਹ ਤੇ ਐਸਾ ਹੈ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗੈ ਨਾ ਤੱਤੀ ਵਾ। ਉਹ ਐਸਾ ਪਰਮੇਸ਼ਰ ਵਾਹਿਗੁਰੂ ਹੈ ਜੀ। ਗੁਰਮੁਖ ਭਗਤ ਸਹਿਜ ਵਿਚਾਰੀ। ਜਿਹੜੇ ਗੁਰਮੁਖ ਹਨ ਭਾਈ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕੀਤਾ ਹੈ, ਜਿਨ੍ਹਾਂ ਨੂੰ ਭਗਤੀ ਰੂਪੀ ਰਤਨ ਪ੍ਰਾਪਤ ਹੋਇਆ ਹੈ, ਉਹ ਸਹਿਜ ਅਵਸਥਾ ਨੂੰ ਦੀ ਵਿਚਾਰ ਕਰਦੇ ਹਨ। ਭਗਤ ਵਸ਼ਲ ਪੈ ਕਾਟਣ ਹਾਰੇ। ਮਹਾਰਾਜ ਉਹਨਾਂ ਨੂੰ ਕੀ ਅਵਸਥਾ ਪ੍ਰਾਪਤ ਹੋਈ? ਕਹਿੰਦੇ ਜਿਹੜਾ ਭਗਤ ਵਸ਼ਲ, ਜਿਹੜਾ ਭਗਤਾਂ ਨੂੰ ਭਾਈ ਆਪ ਕਿਰਪਾ ਸਦਕਾ ਪਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਨਾਂ ਦੇ ਸਾਰੇ ਪੈ ਜਿਹੜੇ ਉਹਨੇ ਕੱਟ ਦਿੱਤੇ, ਅਥਵਾ ਭਗਤੀ ਦੁਆਰਾ
ਛਲ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੇ ਆਪਣੇ ਸਾਰੇ ਭੈ ਕਟਵਾ ਲਏ ਨੇ, ਹੁਣ ਕੋਈ ਡਰ ਨਹੀਂ ਉਹਨਾਂ ਨੂੰ। ਉਹ ਤੇ ਉੱਚੀ ਉੱਚੀ ਆਵਾਜ਼ਾਂ ਦਿੰਦੇ ਨੇ, ਮੈਂ ਨਾ ਮਰੋ ਮਰਬੋ ਸੰਸਾਰਾ ਅਬ ਮੋਹੇ ਮਿਲਿਓ ਹੈ ਜੀਵਾਵਣ ਹਾਰਾ। ਉਹਨਾਂ ਨੇ ਮੌਤ ਦਾ ਭੈ ਵੀ ਕੱਟ ਲਿਆ, ਉਹਨਾਂ ਨੂੰ ਹੁਣ ਅਗਿਆਨ ਰੂਪੀ ਮੌਤ ਵੀ ਨਹੀਂ ਆਉਂਦੀ, ਉਹਨਾਂ ਨੂੰ ਅਵਿਦਿਆ ਵੀ ਆਣ ਕਰਕੇ ਉਹਨਾਂ ਦਾ ਤਿਰਸਕਾਰ ਨਹੀਂ ਕਰਾਉਂਦੀ। ਫਿਰ ਇਸੇ ਤਰੀਕੇ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਸਰਕਾਰ ਹੈ ਉਹਨੂੰ ਵੀ ਉਹਨਾਂ ਜਿੱਤ ਲੈਣਾ ਕੀਤਾ ਹੈ, ਸਾਰੇ ਭੈ ਉਹਨਾਂ ਦੇ ਕੱਟ ਦਿੱਤੇ ਪਰਮੇਸ਼ਰ ਵਾਹਿਗੁਰੂ ਨੇ। ਹਉ ਮੈਂ ਮਾਰ ਮਿਲੇ ਪੱਗ ਤਾਰੇ। ਮਹਾਰਾਜ ਕੀ ਪ੍ਰਾਪਤ ਹੋਇਆ? ਕਹਿੰਦੇ ਹਉਮੈ ਨੂੰ ਮਾਰ ਕਰਕੇ ਨਾ, ਉਹਨਾਂ ਨੂੰ ਕੀ ਅਵਸਥਾ ਸੀ ਜੀ, ਉਹਨਾਂ ਨੂੰ ਤੁਸੀਂ ਕਿਉਂ ਪ੍ਰਾਪਤ ਹੋ ਗਏ? ਕਹਿੰਦੇ ਉਹਨਾਂ ਨੇ ਹਉਮੈ ਮਾਰ ਮਿਲੇ ਪੱਗ ਤਾਰੇ, ਹਉਮੈ ਨੂੰ ਮਾਰ ਕਰਕੇ ਆਪਣਾ ਜਿਹੜਾ ਸਿਰ ਸੀ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਦੇ ਪੱਗ ਚਰਨਾਂ ਤੇ ਭਾਈ ਰੱਖ ਦੇਣਾ ਕੀਤਾ, ਅਥਵਾ ਗੁਰੂ ਕੇ ਜਿਹੜੇ ਚਰਨ ਸਨ ਉਹ ਹਿਰਦੇ ਵਿੱਚ ਤਾਰੇ ਧਾਰਨ ਕੀਤੇ ਹਨ। ਹਉਮੈ ਮਾਰ ਲਈ ਹੈ, ਆਪਣੀ ਹਉਮੈ ਕੋਈ ਨਹੀਂ ਉਹਨਾਂ ਦੇ। ਉਹ ਤੇ ਕਹਿੰਦੇ ਭਾਈ ਸਾਰਿਆਂ ਤੋਂ ਅਸੀਂ ਬੁਰੇ ਹਾਂ, ਸਾਰਿਆਂ ਤੋਂ ਭੈੜੇ ਅਸੀਂ ਹਾਂ। ਅਨਕ ਜਤਨ ਕਰ ਕਾਲ ਸੰਤਾਏ। ਮਹਾਰਾਜ ਜੇ ਹੋਰ ਯਤਨ ਕਰ ਲਈਏ ਭਲਾ, ਹੋਰ ਅਸੀਂ ਤ੍ਰਾਟਕ ਸਾਧ ਲਈਏ, ਕੋਈ ਹੋਰ ਜਲ ਧਾਰੇ ਕਰ ਲਈਏ, ਪੁੱਠੇ ਲਮਕੇ ਰਹੀਏ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਵੀ ਯਤਨ ਕਰ ਲੈ, ਮੌਤ ਸਤਾਉਂਦੀ ਹੀ ਰਹਿਣੀ। ਅਣਕ ਯਤਨ ਕਰ ਕਾਲ ਸੰਤਾਏ, ਅਨੇਕਾਂ ਯਤਨ ਕਰ ਲੈ ਸੱਜਣਾ, ਮੌਤ ਨਹੀਂ ਉਖੇੜਾ ਛੱਡਣ ਲੱਗੀ, ਮੌਤ ਸਤਾਉਂਦੀ ਰਹੇਗੀ। ਕਿਉਂ ਜੀ? ਮਰਨ ਲਿਖਾਏ ਮੰਡਲ ਮਹਿਆਏ। ਲੱਗੇ ਬੇ ਸਮਝਾ, ਮਰਨਾ ਲਿਖਾ ਕਰਕੇ ਤੇ ਇਹ ਸੰਸਾਰ ਤੇ ਆਇਆ, ਕਿਵੇਂ ਤੇਰੇ ਗਲੋਂ ਲੱਥ ਦੇ? ਇਹ ਤੇ ਰਾਜਾ ਪ੍ਰਜਾ ਸਮ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਇੱਥੇ ਮਰਨਾ ਲਿਖਾ ਕਰਕੇ ਆਇਆ, ਜਿੰਨੇ ਮਰਜ਼ੀ ਵੀ ਯਤਨ ਕਰ ਲੈ, ਆਪਣਾ ਤੇ ਯਤਨ ਸਾਰਾ ਪਰਮੇਸ਼ਰ ਦੇ ਪਿਆਰਿਆਂ ਨੇ ਜਾਣਿਆ, ਇਹ ਮਨੁੱਖਾਂ ਦੇ ਹੀ ਨਾਮ ਜਪਣ ਲਈ ਮਿਲੀ ਹੈ। ਉਹਨਾਂ ਸਾਰੇ ਧੰਦੇ ਤਿਆਗ ਕਰਕੇ ਨਾਮ ਜਪ ਲਿਆ, ਆਪਣਾ ਸਾਰਾ ਹੀ ਜ਼ੋਰ ਲੱਗਾ, ਇਹ ਸਰੀਰ ਬਚ ਜਾਵੇ, ਸਰੀਰ ਬਚ ਜਾਵੇ, ਇੰਨਾ ਕੁ ਹੋਰ ਧਨ ਮਿਲ ਜੇ ਜੀ, ਫਿਰ ਸੁਖੀ ਹੋ ਜਾਵਾਂਗੇ। ਕਹਿਣ ਲੱਗੇ ਜਿੰਨੇ ਮਰਜ਼ੀ ਵੀ ਯਤਨ ਕਰ ਲੈ, ਮੌਤ ਤੇ ਆ ਹੀ ਜਾਣੀ, ਮਰਨ ਲਿਖਾ ਕਰਕੇ ਇਸ ਸੰਸਾਰ ਤੇ ਆਇਆ ਹੈ। ਜਨਮ ਪਦਾਰਥ ਦੁਬਿਧਾ ਖੋਵੈ। ਕਹਿੰਦੇ ਇਸੇ ਹੀ ਦੁਬਿਧਾ ਚ ਪਏ ਹੋਏ ਨੇ, ਜਨਮ ਰੂਪੀ ਪਦਾਰਥ ਖੋਵੈ, ਨਾਸ਼ ਕਰ ਲਿਆ ਹੈ ਜੀ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਆਪਣੇ ਆਪ ਨੂੰ ਚੀਨਸ ਜਾਣਿਆ ਹੀ ਨਹੀਂ, ਆਪਣੇ ਆਪ ਦਾ ਗਿਆਨ ਹੀ ਨਹੀਂ ਰੱਖਿਆ ਕਿ ਮੈਂ ਕੀ ਹਾਂ, ਓੜਕ ਭਰਮਦਾ ਰੋਂਦਾ ਹੀ ਫਿਰਦਾ ਨਾ ਮਾਇਆ ਇਕੱਤਰ ਕਰਨ ਵਾਸਤੇ। ਜੇ ਬਹੁਤੀ ਮਿਲ ਗਈ ਤਾਂ ਵੀ ਰੋਈ ਜਾਂਦਾ, ਜੇ ਥੋੜੀ ਮਿਲੀ ਹੈ ਤਾਂ ਵੀ ਰੋਈ ਜਾਂਦਾ, ਜੇ ਪਰਮੇਸ਼ਰ ਦਾ ਨਾਮ ਜਪਦਾ ਇਹ ਰੋਣੇ ਗਲੋਂ ਲੱਥ ਹੀ ਜਾਣੇ ਸਨ। ਕਹਿੰਦੇ ਜਨਮ ਪਦਾਰਥ ਜਿਹੜਾ ਦੁਬਧਾ ਦਵੈਤ ਵਿੱਚ ਲੱਗੇ ਨਹੀਂ ਖੋਲਿਆ ਹੈ, ਓੜਕ ਰੋਂਦਾ ਹੀ ਸੰਸਾਰ ਤੋਂ ਆਇਆ ਵੀ ਰੋਂਦਾ ਸੀ ਤੇ ਤੁਰ ਵੀ ਗਿਆ, ਰੋਂਦਾ ਹੀ ਤੁਰ ਗਿਆ ਇੱਥੋਂ ਜੀ। ਕਹ ਤੋ ਪੜ ਤੋ ਸੁਣ ਤੋ ਏਕ। ਭਾਈ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ, ਉਹਨਾਂ ਨੂੰ ਕੋਈ ਪੁੱਛੇ ਕਿ ਕਹਿਣ ਵਾਲਾ ਕੌਣ ਹੈ, ਪੜ੍ਹਨ ਵਾਲਾ ਕੌਣ ਹੈ? ਕਹਿੰਦੇ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ ਭਾਈ, ਉਹੋ ਹੀ ਕਹਿਣ ਵਾਲਾ ਹੈ, ਉਹੋ ਹੀ ਪੜ੍ਹਨ ਤੇ ਪੜ੍ਹਾਉਣ ਵਾਲਾ ਹੈ, ਉਹੋ ਹੀ ਸੁਣਨ ਵਾਲਾ। ਜੇ ਉਹਨੂੰ ਪਾਉਂਦਾ ਨਾ ਤੇ ਕਿੰਨੇ ਮੰਜੀ ਸਾਹਿਬ ਦੀਵਾਨ ਹਾਲ ਆਣ ਕਰਕੇ ਸੁਣਨਾ ਸੀ। ਜੇ ਉਹਨੂੰ ਭਾਵੇ ਨਾ, ਜਿਹੜੇ ਟੀਵੀ ਤੇ ਸੁਣ ਰਹੇ ਨੇ, ਨਹੀਂ ਤੇ ਕਈਆਂ ਘਰਾਂ 'ਚ ਤੇ ਟਾਈਮ ਨਾਲ ਹੀ ਗੰਦੇ ਗਾਣੇ ਲੱਗ ਜਾਂਦੇ ਨੇ, ਨਹੀਂ ਨਾ ਸੁਣ ਦਿੰਦਾ। ਉਹ ਸੁਣਾਉਣ ਵਾਲਾ ਵੀ ਆਪ ਹੈ ਤੇ ਸੁਣਨ ਵਾਲਾ ਵੀ ਆਪ।
ਕਹਿਣ ਵਾਲਾ ਵੀ ਕੌਣ ਭਾਈ ਉਹਦੇ ਗੁਣਾਂ ਨੂੰ ਕਹਿ ਸਕਦਾ, ਉਹਨੂੰ ਪਾਇਆ ਤੇ ਤਾਂ ਕਹਾਉਂਦਾ ਹੈ। ਕੌਣ ਉਹਦੀ ਮਹਿਮਾ ਨੂੰ ਪੜ੍ਹ ਸਕਦਾ ਹੈ, ਉਹਨੂੰ ਪਾਇਆ ਤੇ ਤਾਂ ਪੜ੍ਹਾ ਰਿਹਾ ਹੈ। ਉਹ ਇੱਕ ਪਰਮਾਤਮਾ ਹੀ ਹੈ ਜੀ। ਧੀਰਜ ਧਰਮ ਤਰਣੀ ਤਰ ਟੇਕ, ਕੈਸਾ ਹੈ ਉਹ ਭਾਈ ਧੀਰਜ ਨੂੰ ਧਾਰਨ ਕਰਨ ਵਾਲਾ ਹੈ, ਧਰਮ ਦੀ ਦਾਤ ਬਖਸ਼ਦਾ ਹੈ, ਧਰਤੀ ਨੂੰ ਧਾਰਨ ਕਰਕੇ ਟੇਕ ਆਸਰਾ ਦੇਣ ਵਾਲਾ ਹੈ ਜੀ। ਜਤ ਸਤ ਸੰਜਮ ਹਿਰਦੈ ਸਮਾਏ, ਜਿਹੜੇ ਉਹਦੇ ਪਿਆਰੇ ਨੇ ਉਹਨਾਂ ਨੂੰ ਜਤ ਤੇ ਸਤ ਦਾ ਧਾਰਨੀ, ਸੰਜਮ ਦਾ ਧਾਰਨੀ ਕਰਕੇ ਹਿਰਦੇ ਦੁਆਰਾ ਉਹਨਾਂ ਵਿੱਚ ਸਮਾਇਆ ਹੋਇਆ ਹੈ, ਪਰਿਪੂਰਨ ਹੋ ਰਿਹਾ ਹੈ। ਉਹਨਾਂ ਨੂੰ ਹੈ ਸਾਰਿਆਂ ਚ, ਉਹਨਾਂ ਨੂੰ ਪ੍ਰਤੱਖ ਦਿਖਾ ਦਿੱਤਾ ਹੈ ਕਿ ਮੈਂ ਤੇਰੇ ਵਿੱਚ ਹਾਂ, ਹਾਂ ਸਾਰਿਆਂ ਚ, ਪਰ ਸਾਨੂੰ ਦਿਸ ਨਹੀਂ ਰਿਹਾ ਕਿਉਂਕਿ ਅਸੀਂ ਦੁਬਧਾ ਦੇ ਮਾਰੇ ਹਾਂ। ਜਿਨ੍ਹਾਂ ਦੁਬਧਾ ਨਾਸ ਕਰ ਦਿੱਤੀ ਉਹਨਾਂ ਵਿੱਚ ਵੀ ਉਹਨਾਂ ਨੂੰ ਪ੍ਰਗਟ ਦਿਸ ਰਿਹਾ ਹੈ, ਹਰੇਕ ਜੀਵ ਵਿੱਚ ਵੀ ਉਹਦੀ ਕਲਾ ਉਹਨਾਂ ਨੂੰ ਦਿਸ ਰਹੀ ਹੈ ਜੀ। ਚੌਥੇ ਪਦ ਕਹੋ ਜੇ ਮਨ ਪਤੀਆਏ, ਇਹਨਾਂ ਦਾ ਭਾਈ ਮਨ ਚੌਥਾ ਪਦ ਕੀ ਸੀ, ਰਜੋ ਤਮੋ ਤੇ ਸਤੋ, ਇਹਨਾਂ ਤਿੰਨਾਂ ਗੁਣਾਂ ਨੂੰ ਤਿਆਗ ਕਰਕੇ ਜਿਹੜੇ ਚੌਥੇ ਪਦ ਵਿੱਚ ਟਿਕ ਗਏ, ਜਿਨ੍ਹਾਂ ਦਾ ਮਨ ਪਤੀਜ ਗਿਆ ਹੈ, ਉਹਨਾਂ ਤੇ ਇਹ ਬਖਸ਼ ਕਰਦੇ ਹਨ। ਸਾਚੇ ਨਿਰਮਲ ਮੈਲ ਨਾ ਲਾਗੈ, ਉਹ ਕੈਸੇ ਹਨ ਜੀ, ਕਹਿੰਦੇ ਸੱਚੇ ਨੇ ਤੇ ਨਿਰਮਲ ਉੱਜਲ ਹੋ ਗਏ ਨੇ, ਸੱਚੇ ਨੇ ਜ਼ੁਬਾਨ ਕਰਕੇ, ਨਿਰਮਲ ਹਨ ਸਰੀਰ ਕਰਕੇ, ਮੈਲ ਨਾ ਲਾਗੇ, ਉਹਨਾਂ ਦੇ ਅੰਤਸ਼ ਕਰਨ ਨੂੰ ਵਕਾਰਾਂ ਰੂਪੀ ਮੈਲ ਨਹੀਂ ਲੱਗਦੀ ਜੀ। ਗੁਰ ਕੈ ਸ਼ਬਦ ਪਰਮ ਪਉ ਭਾਗੈ, ਮਹਾਰਾਜ ਉਹਨਾਂ ਨੂੰ ਇਹ ਅਵਸਥਾ ਕਿਵੇਂ ਪ੍ਰਾਪਤ ਹੋਈ, ਕਹਿੰਦੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਦਾ ਭਰਮ ਵੀ ਨਾਸ਼ ਹੋ ਗਿਆ ਹੈ ਤੇ ਭਉ ਵੀ ਭਾਗੈ ਭੱਜ ਗਿਆ, ਡਰਦੇ ਨਹੀਂ। ਉਹ ਤੇ ਕਹਿੰਦੇ ਮੈਂ ਭਾਈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਣ ਤਾਂ, ਨਾ ਤੇ ਕਿਸੇ ਦਾ ਪੈ ਮੰਨਦੇ ਨੇ, ਨਾ ਕਿਸੇ ਨੂੰ ਡਰਾਉਂਦੇ ਹਨ। ਉਹ ਭਰਮ ਤੇ ਡਰ ਤੋਂ ਦੂਰ ਹੋ ਗਏ ਨੇ ਕਿਉਂਕਿ ਭੱਜ ਗਿਆ। ਕਿਵੇਂ ਭੱਜਿਆ ਜੀ? ਗੁਰ ਕੈ ਸ਼ਬਦ, ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇ, ਜਦੋਂ ਗੁਰੂ ਕੀ ਬਾਣੀ ਨਾਲ ਜੁੜੇ, ਜਦੋਂ ਬਾਣੀ ਪੜ੍ਹੀ, ਜਦੋਂ ਬਾਣੀ ਗਾਈ, ਜਦੋਂ ਬਾਣੀ ਸਰਵਣ ਕੀਤੀ, ਉਦੋਂ ਭਾਈ ਇਹ ਬਖਸ਼ਿਸ਼ ਪ੍ਰਾਪਤ ਹੋ ਗਈ ਜੀ। ਸੂਰਤ ਮੂਰਤ ਆਦ ਅਨੂਪ, ਉਹਨਾਂ ਨੂੰ ਪੁੱਛੀਏ ਮਹਾਰਾਜ ਉਹ ਅਕਾਲ ਪੁਰਖ ਵਾਹਿਗੁਰੂ ਦੀ ਸੂਰਤ ਕੈਸੀ ਹੈ? ਉਹ ਕਹਿੰਦੇ ਸੱਜਣਾ ਐਵੇਂ ਗੱਲਾਂ ਨਾ ਪੁੱਛ, ਇਹ ਤੇ ਐਵੇਂ ਆਦ ਅਨੂਪ, ਉਹ ਆਦਿ ਜੋ ਅਕਾਲ ਪੁਰਖ ਵਾਹਿਗੁਰੂ, ਉਹਦੀ ਸੂਰਤ ਤੇ ਮੂਰਤ ਕਹੀ ਨਹੀਂ ਜਾਂਦੀ, ਅਨੂਪ ਉਪਮਾ ਤੋਂ ਰਹਿਤ ਹੈ, ਉਹਦੀ ਉਪਮਾ ਕਹੀ ਨਹੀਂ ਜਾ ਸਕਦੀ ਰਸਨਾ ਦੁਆਰਾ, ਉਹਦੇ ਬਾਬਤ ਕੋਈ ਅੰਦਾਜ਼ੇ ਕਿਆਫੇ ਨਹੀਂ ਲਾਏ ਜਾਂਦੇ, ਉਹ ਤੇ ਚੱਕਰ ਤੇ ਚਿਹਨ ਤੋਂ ਬਾਹਰਾ ਹੈ ਭਾਈ। ਨਾਨਕ ਜਾਚੈ ਸਾਚ ਸਰੂਪ, ਗਰੀਬ ਨਵਾਜ ਮਹਾਰਾਜ ਕਹਿੰਦੇ ਐਸੇ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਅਸੀਂ ਭਾਈ ਜਾਚਣਾ ਕਰਦੇ ਹਾਂ, ਜਿਹੜਾ ਐਸੀ ਬਖਸ਼ ਰਹਿਮਤ ਕਰਨ ਵਾਲਾ ਹੈ। ਇਹ ਗਰੀਬ ਨਵਾਜ ਮਹਾਰਾਜ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਸਮੇਂ ਦੀ ਸਮਾਪਤੀ ਹੋ ਗਈ ਹੈ। ਸਤਿਗੁਰੂ ਸਾਹਿਬ ਜੀ ਦੀ ਜਿਹੜੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ, ਉਹ ਅਗਲੇ ਕੱਲ੍ਹ ਦੇ ਦਿਹਾੜੇ ਆਪ ਗੁਰਮੁਖ ਪਿਆਰਿਆਂ ਦੇ ਪਾਸੋਂ ਸਰਵਣ ਕਰਿਓ। ਸਤਿਗੁਰੂ ਸਾਹਿਬ ਜੀ ਦੀ ਬਾਣੀ ਦੀ ਕਥਾ ਕਰਦਿਆਂ ਅਕਥ ਦੀ ਬਾਤ ਕਹਿੰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਅਗਾਂਹ ਤੋਂ ਸਮਤ ਬਖਸ਼ਣੀ। ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ। ਸੂਰਤ ਮੂਰਤ ਆਦ ਅਨੂਪਾ।
ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।